ਪੰਜਾਬ ਦੇ ਵਿੱਚ ਕੱਲੋਂ ਟੋਲ ਪਲਾਜ਼ਿਆਂ ਦੇ ਧਰਨੇ ਸਮਾਪਤ ਨਹੀਂ ਹੋਣਗੇ ਚਾਲੂ ਰਹਿਣਗੇ ਕਿਸਾਨਾਂ ਨੇ ਹੁਣੇ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ 'ਚ ਕਿਹੜੇ ਵਿਦਿਆਰਥੀਆਂ ਦੇ ਪੇਪਰ ਮੋਲਤਵੀ ਕੀਤੇ ਗਏ ਨੇ ਲਖੀਮਪੁਰ ਖੀਰੀ ਕਤਲकांड ਗਿਣੀ ਮਿੱਥੀ ਸਾਜ਼ਿਸ਼ ਸੀ ਇਹ ਸਾਬਿਤ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ 36000 ਮੁਲਾਜ਼ਮ ਪੱਕੇ ਕਰਨ ਵਾਲਾ ਬਿੱਲ ਹੈ ਜਿਹੜਾ ਉਹ ਹਵਾ ਦੇ ਵਿੱਚ ਲਟਕ ਗਿਆ ਯਾਨੀ ਕਿ ਹਾਲੇ ਤੱਕ ਕੋਈ ਕੱਚਾ ਪੱਕਾ ਨਹੀਂ ਹੋਇਆ ਜੂਜ ਦਾ ਪੰਜਾਬ ਜਥੇਬੰਦੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਲਾਕਾਰਾਂ ਨੇ ਬੱਬੂ ਮਾਨ ਵਰਗੇ ਕਲਾਕਾਰਾਂ ਨੇ ਗਠਨ ਕੀਤਾ ਸਿਆਸਤ ਤਾਂ ਨਹੀਂ ਕਰਨਗੇ ਪਰ ਸਿਆਸਤ ਨੂੰ ਪ੍ਰਭਾਵਿਤ ਕਰਨਗੇ ਪੂਰੀ ਖਬਰ ਦੱਸਾਂਗੇ ਚੰਨੀ ਦੀ ਰੈਲੀ ਦੇ ਵਿੱਚ ਕਈ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੁਰਦ ਤੋਂ ਦਸਤਾਰਾਂ ਲੱਥੀਆਂ ਨੇ ਦੋ ਜਣੇ ਜ਼ਖਮੀ ਹੋ ਗਏ ਨੇ ਦਰਜਨਾ ਹਿਰਾਸਤ ਦੇ ਵਿੱਚ ਲਏ ਗਏ ਨੇ ਤੇ ਇਹਨਾਂ ਵਿਰੋਧ ਕਰਨ ਵਾਲੇ ਮੁਲਾਜ਼ਮਾਂ ਨੂੰ ਕੁੱਟਣ ਦੇ ਵਾਸਤੇ ਪੁਲਿਸ ਨੇ ਹੁਣ ਇੱਕ ਹੋਰ ਪਲਾਨ ਬਣਾ ਲਿਆ ਹੈ ਉਹ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਚੰਨੀ ਸਰਕਾਰ ਨੂੰ ਹੋਰ ਕਿਹੜਾ ਝਟਕਾ ਲੱਗਿਆ ਕੈਪਟਨ ਸਾਹਿਬ ਕੀ ਕਹਿ ਰਹੇ ਨੇ ਅੱਜ ਚੰਨੀ ਚੰਨੀ ਮੁੱਖ ਮੰਤਰੀ ਚੰਨੀ ਨੂੰ ਉਹਨਾਂ ਨੇ ਰਾਤ ਦਾ ਚੌਂਕੀਦਾਰ ਤੱਕ ਕਹਿ ਦਿੱਤਾ ਹੈ ਜਵਾਬ ਕੀ ਮਿਲਿਆ ਹੈ ਨਵਜੋਤ ਸਿੰਘ ਸਿੱਧੂ ਨੂੰ ਕਿਹਨੇ ਕਿਨੂੰ ਕੀ ਕਿਹਾ ਸਾਰੀਆਂ ਸਿਆਸੀ ਦੀਆਂ ਖਬਰਾਂ ਇਸ ਬੁਲੇਟਨ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਐਮਰਜੈਂਸੀ ਬੁਲੇਟਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਬੁਲੇਟਿਨ ਦੇ ਵਿੱਚ ਖਬਰਾਂ ਦੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲੀ ਖਬਰ ਅਸੀਂ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਦੱਸਦੇ ਹਾਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੇ ਨਾਲ ਜੁੜੀ ਹੋਈ ਖਬਰ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਨੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਟੀਚਿੰਗ ਤੇ ਨੌਨ ਟੀਚਿੰਗ ਸਟਾਫ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਦੀਆਂ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ ਪੇਪਰ ਇਸ ਮਹੀਨੇ ਦੀ 14 ਤਰੀਕ ਤੋਂ ਯਾਨੀ ਕਿ 14 ਦਸੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਸੀ ਹਾਲਾਂਕਿ ਯੂਨੀਵਰਸਿਟੀ 20 ਦਸੰਬਰ ਤੋਂ ਹੁਣ ਪੇਪਰ ਲੈਣ ਬਾਰੇ ਵਿਚਾਰ ਕਰ ਰਹੀ ਹੈ ਪਰ ਹਾਲ ਦੀ ਘੜੀ 14 ਤੋਂ 19 ਦਸੰਬਰ ਤੱਕ ਕੋਈ ਪੇਪਰ ਨਹੀਂ ਹੋਵੇਗਾ ਅਗਲੀ ਖਬਰ ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਹੈ ਉਹ ਕਤਲकांड ਜਿਸ ਦਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਉਹ ਕਤਲकांड ਜਿਹੜਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਵਿੱਚੋਂ ਇੱਕ ਮੰਗ ਬਣ ਗਿਆ ਸੀ ਜਦੋਂ ਲਖੀਮਪੁਰ ਖੀਰੀ ਦਾ ਕਤਲकांड ਵਾਪਰਿਆ ਸੀ ਪਰ ਜਦੋਂ ਕੇਂਦਰ ਸਰਕਾਰ ਨੇ ਸਮਝੌਤਾ ਕੀਤਾ ਹੈ ਕਿਸਾਨਾਂ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨੇ ਤਾਂ ਉਹਨਾਂ ਦੇ ਵਿੱਚ ਲਖੀਮਪੁਰ ਖੀਰੀ ਦਾ ਜ਼ਿਕਰ ਵੀ ਨਹੀਂ ਹੈ ਖੇਡਾ ਖਬਰ ਇਹ ਹੈ ਕਿ ਸਿੱਟ ਜਿਹੜੀ ਜਾਂਚ ਕਰ ਰਹੀ ਸੀ ਉਸ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਦੀ ਘਟਨਾ ਪੂਰੀ ਤਰ੍ਹਾਂ ਦੇ ਨਾਲ ਗਿਣੀ ਮਿੱਥੀ ਸਾਜਿਸ਼ ਸੀ ਇੱਕ ਵੱਡਾ ਮੋੜ ਆਇਆ ਹੈ ਇਸ ਮਾਮਲੇ ਦੇ ਵਿੱਚ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰੀ ਸੀ ਯੂਪੀ ਦੇ ਵਿੱਚ ਤਾਂ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ ਉਸ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੇ ਕੋਲ 13 ਮੁਲਜ਼ਮਾਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੀ ਨਵੀਂ ਧਾਰਾ ਦਰਜ ਕਰਨ ਦੇ ਲਈ ਇਹ ਅਰਜ਼ੀ ਦਾਇਰ ਕੀਤੀ ਹੈ ਸੈੱਟ ਦੇ ਜਾਂਚ ਅਧਿਕਾਰੀ ਵਿਦਿਆਰਾਮ ਦੇਵਕਰ ਨੇ ਆਈਪੀਸੀ ਦੀਆਂ ਧਾਰਾਵਾਂ 279 338 ਅਤੇ 304ਏ ਦੀ ਥਾਂ ਵਾਰੰਟ ਦੇ ਵਿੱਚ ਨਵੀਆਂ ਧਾਰਾਵਾਂ ਜੋੜਨ ਦੇ ਲਈ ਸੀਜੀਐਮ ਦੀ ਅਦਾਲਤ ਵਿੱਚ ਪਿਛਲੇ ਹਫ਼ਤੇ ਅਰਜ਼ੀ ਦਾਇਰ ਕੀਤੀ ਸੀ ਆਪਣੀ ਅਰਜ਼ੀ ਦੇ ਵਿੱਚ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਘਟਨਾ ਯੋਜਨਾਬੱਧ ਤਰੀਕੇ ਦੇ ਨਾਲ ਜਾਣਬੁੱਝ ਕੇ ਕੀਤੀ ਗਈ ਸੀ ਇਹ ਕੋਈ ਲਾਪਰਵਾਹੀ ਜਾਂ ਫਿਰ ਗਲਤੀ ਨਹੀਂ ਸੀ ਇਹ ਇੱਕ ਵੱਡੀ ਖਬਰ ਹੈ ਕਿ ਜਾਂਚ ਟੀਮ ਨੇ ਇਹ ਸਪਸ਼ਟ ਤੌਰ ਤੇ ਲਿਖਿਆ ਕਿ ਗਿਣੀ ਮਿੱਥੀ ਸਾਜ਼ਿਸ਼ ਸੀ ਜਾਂਚ ਅਧਿਕਾਰੀ ਨੇ ਧਾਰਾ 279 ਨੂੰ ਬਦਲ ਕੇ ਭਾਰਤੀ ਦੰਡਾਵਲੀ ਦੀ ਧਾਰਾ 307 ਯਾਨੀ ਕਿ ਕਤਲ ਦੀ ਕੋਸ਼ਿਸ਼ 326 34 338 ਤੇ 304 ए ਲਾਉਣ ਦੀ ਅਪੀਲ ਕੀਤੀ ਹੈ ਇਸ ਅਰਜ਼ੀ ਦੇ ਵਿੱਚ 3 ਅਕਤੂਬਰ ਨੂੰ ਕੇਂਦਰੀ ਮੰਤਰੀ ਅਜੀਤ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਐਸਯੂਵੀ ਦੀ ਲਪੇਟ ਤੇ ਵਿੱਚ ਆਉਣ ਨਾਲ ਚਾਰ ਕਿਸਾਨ ਕਿਸਾਨਾਂ ਸਮੇਤ 8 ਜਣਿਆਂ ਦੀ ਮੌਤ ਹੋ ਗਈ ਸੀ ਇਹ ਉਸਦੀ ਲਪੇਟ ਦੇ ਵਿੱਚ ਇਹ ਨਹੀਂ ਕਿ ਕਿਸੇ ਹਾਦਸੇ ਦੇ ਕਾਰਨ ਕਿਸਾਨ ਆਗੇ ਸੀ ਬਲਕਿ ਜਾਣਬੁੱਝ ਕੇ ਕਿਸਾਨਾਂ ਦੇ ਉੱਤੇ ਉਹ ਗੱਡੀ ਚੜਾਈ ਗਈ ਸੀ ਤੇ ਇਸ ਕਤਲੇਆਮ ਦੇ ਵਿੱਚ ਇੱਕ ਪੱਤਰਕਾਰ ਵੀ ਮਾਰਿਆ ਗਿਆ ਸੀ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ ਸੈਟ ਨੇ ਹੁਣ ਤੱਕ ਅਜੇ ਮਿਸ਼ਰਾ ਟੇਨੀ ਦੇ ਪੁੱਤ ਆਸ਼ੀਸ਼ ਮਿਸ਼ਰਾ, ਲਵਕੁਸ਼ ਆਸ਼ੀਸ਼ ਪਾਂਡੇ, ਸ਼ੇਖਰ ਭਾਰਤੀ, ਅੰਕਿਤ ਦਾਸ, ਲਤੀਫ, ਸ਼ਿਸ਼ੂਪਾਲ, ਨੰਦਨ ਸਿੰਘ, ਸਤਿਅਮ ਤਰਪਾਠੀ, ਸੁਮਿਤ ਜੈਸਵਾਲ, ਤਰਮਿੰਦਰ ਬੰਜਾਰਾ, ਰਿੰਕੂ ਰਾਣਾ ਅਤੇ ਉਲਾਸ ਤ੍ਰिवेदी ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਲਖੀਮਪੁਰ ਖੀਰੀ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਨੇ। ਇਸ ਦੌਰਾਨ Allahabad ਹਾਈ ਕੋਰਟ ਦੀ ਲਖਨਊ ਬੈਂਚ ਨੇ ਸੂਬਾ ਸਰਕਾਰ ਨੂੰ ਯਾਨੀ ਕਿ UP ਦੀ ਯੋਗੀ ਸਰਕਾਰ ਨੂੰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਜਵਾਬੀ ਹਲਫਨਾਮਾ ਦਾਖਲ ਕਰਨ ਦੇ ਲਈ ਦੋ ਹਫਤਿਆਂ ਦਾ ਸਮਾਂ ਵੀ ਦਿੱਤਾ ਹੈ ਸੋ ਸਟ ਨੇ ਜੋ ਇਹ ਆਪਣਾ ਬਿਆਨ ਦਿੱਤਾ ਹੈ ਸਟ ਨੇ ਜਾਂਚ ਰਿਪੋਰਟ ਦੇ ਵਿੱਚ ਜੋ ਲਿਖਿਆ ਹੈ ਬੜਾ ਹੀ ਅਹਿਮ ਹੈ ਉਸ ਤੋਂ ਬਾਅਦ ਅੱਗੇ ਕਾਰਵਾਈ ਕੀ ਹੋਊਗੀ ਇਹ ਸਵਾਲ ਬੜਾ ਅਹਿਮ ਹੈ ਕਿ ਜੋ ਜੋ ਵੀ ਲਿਖਿਆ ਗਿਆ ਹੈ ਗਿਣੀ ਮਿੱਠੀ ਸਾਜ਼ਿਸ਼ ਸੀ ਤੇ ਉਹ ਸਾਜ਼ਿਸ਼ ਦੇ ਪਿੱਛੇ ਕੌਣ ਸੀ ਕਿ ਉਸ ਤੱਕ ਪੁਲਿਸ ਜਾਊਗੀ ਕਿਸਾਨ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਮੰਤਰੀ ਨੂੰ ਬਰਖਾਸਤ ਕਰੋ ਉਸ ਦੇ ਖਿਲਾਫ ਪਰਚਾ ਦਰਜ ਕਰੋ ਕਤਲ ਦਾ ਪਰਚਾ ਦਰਜ ਕਰੋ ਤੇ ਉਹਨੂੰ ਜੇਲ੍ਹ ਚ ਸੁਟੋ ਉਹਨ ਦੇਖਦੇ ਆ ਕਿ ਅੱਗੇ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਉਧਰ ਮੋਦੀ ਸਰਕਾਰ ਨੇ ਕਿਹਾ ਕਿ ਕਿਸਾਨਾਂ ਦੇ ਵੱਖਰੇ ਪਛਾਣ ਪੱਤਰ ਅਸੀਂ ਬਣਾ ਰਹੇ ਹਾਂ ਕਿਸਾਨਾਂ ਦੇ ਵੱਖਰੇ ਆਇਡੈਂਟੀਟੀ ਕਾਰਡ ਬਣਾਏ ਜਾ ਰਹੇ ਨੇ ਇਹ ਸਦਨ ਦੇ ਵਿੱਚ ਕਿਹਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਲੋਕ ਸਭਾ ਦੇ ਵਿੱਚ ਲਿਖਤੀ ਜਵਾਬ ਦਿੱਤਾ ਹੈ ਮੈਂਬਰਾਂ ਨੇ ਸਵਾਲ ਪੁੱਛਿਆ ਸੀ ਕਿ ਕੀ ਸਰਕਾਰ ਕੋਲ ਕਿਸਾਨਾਂ ਦੇ ਲਈ ਵਿਲੱਖਣ ਪਛਾਣ ਪੱਤਰ ਯਾਨੀ ਕਿ ਜਿਹੜੇ ਯੂਨੀਕ ਆਈਡੀ ਬਣਾਉਣ ਦਾ ਕੋਈ ਵਿਚਾਰ ਹੈ ਤਾਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਆਲਰੇਡੀ ਕਿਸਾਨਾਂ ਦੇ ਆਈਡੀ ਬਣਾ ਰਹੇ ਹਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਕਿਸਾਨਾਂ ਦਾ ਵਿਲੱਖਣ ਸ਼ਨਾਖਤੀ ਕਾਰਡ ਉਹਨਾਂ ਸਾਰੀਆਂ ਖੇਤੀ ਯੋਜਨਾਵਾਂ ਦੇ ਨਾਲ ਜੁੜਿਆ ਹੋਵੇਗਾ ਜਿਨ੍ਹਾਂ ਦਾ ਲਾਭ ਕਿਸਾਨ ਨੇ ਲਿਆ ਹੈ ਯਾਨੀ ਕਿ ਪੂਰੇ ਭਾਰਤ ਦੇ ਵਿੱਚ ਹਰ ਕਿਸਾਨ ਦਾ ਇੱਕ ਵੱਖਰਾ ਆਈਡੀ ਕਾਰਡ ਹੋਵੇਗਾ ਉਸ ਆਈਡੀ ਕਾਰਡ ਦੇ ਵਿੱਚ ਜਿਹੜੀਆਂ-ਜਿਹੜੀਆਂ ਯੋਜਨਾਵਾਂ ਦਾ ਲਾਭ ਕਿਸਾਨ ਲੈ ਰਹੇ ਨੇ ਉਹਨਾਂ ਦਾ ਜਿਹੜਾ ਲਿੰਕ ਹੋਵੇਗਾ ਜੁੜਿਆ ਹੋਵੇਗਾ ਯਾਨੀ ਕਿ ਜਿਹੜੇ ਕਿਸਾਨ ਦੇ ਕੋਲ ਆਈਡੀ ਹੋਵੇਗਾ ਉਹ ਉਹਦਾ ਮਤਲਬ ਹੋਏਗਾ ਕਿ ਉਹ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਰਿਹਾ ਹੁਣ ਸਰਕਾਰ ਕਿਹੜੀਆਂ ਕਿਹੜੀਆਂ ਸਕੀਮਾਂ ਦੇ ਰਹੀ ਹੈ ਕਿਸਾਨਾਂ ਨੂੰ ਖੁਦ ਪਤਾ ਹੋਏਗਾ ਉਧਰ ਦਿੱਲੀ ਕਿਸਾਨ ਮੋਰਚਿਆਂ ਤੋਂ ਕਿਸਾਨਾਂ ਦੀ ਜਿਹੜੀ ਰਵਾਨਗੀ ਲਗਭਗ ਮੁਕੰਮਲ ਹੋ ਚੁੱਕੀ ਹੈ ਉਥੇ ਜਿਹੜੀਆਂ ਬਾਕੀ ਬਚਦੀਆਂ ਟਰਾਲੀਆਂ ਜਾਂ ਆਖਰੀ ਬਚਦੇ ਜਿਹੜੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਜਾਂ ਗਾਜ਼ੀਪੁਰ ਬਾਰਡਰ ਤੇ ਯੋਧੇ ਸੀਗੇ ਆਖਰੀ ਟਰਾਲੀਆਂ ਸੀ ਉਹ ਵੀ ਹੁਣ ਤਕਰੀਬਨ ਤਕਰੀਬਨ ਆ ਚੁੱਕੀਆਂ ਨੇ 13 ਦਸੰਬਰ ਨੂੰ ਸਿੰਗੂ ਬਾਰਡਰ ਤੋਂ ਟਰਾਲੀਆਂ ਚੱਲੀਆਂ ਸੀ ਹਾਲਾਂਕਿ ਕੁਝ ਲੋਕ ਹਲੇ ਵੀ ਉੱਥੇ ਮੌਜੂਦ ਸਨ ਮਿੱਟੀ ਏਡ ਵਾਲੇ ਜਿਹੜੇ ਨੌਜਵਾਨ ਹੈਗੇ ਨੇ ਜਾਂ ਫਿਰ ਉੱਥੇ ਇੱਕ ਬਜ਼ੁਰਗ ਬਾਪੂ ਜਿਹੜੇ ਪੂਰੇ 1 ਸਾਲ ਤੋਂ ਗਰੇਵਾਲ ਉਹਨਾਂ ਨੂੰ ਕਿਹਾ ਜਾਂਦਾ ਉਹ ਵੀ ਉੱਥੇ ਮੌਜੂਦ ਸਨ ਤੇ ਕੁਝ ਲੋਕ ਉੱਥੇ ਧਰਨਾ ਲਾ ਕੇ ਵੀ ਬੈਠੇ ਹੋਏ ਨੇ ਜਿਹੜੇ ਮੰਗ ਕਰ ਰਹੇ ਨੇ ਕਿ ਅਸੀਂ ਐਮਐਸਪੀ ਦੀ ਗਰੰਟੀ ਵਾਲਾ ਜਿਹੜਾ ਕਾਨੂੰਨ ਹੈ ਉਹ ਲੈਣ ਤੋਂ ਬਾਅਦ ਹੀ ਇੱਥੋਂ ਹਿੱllਾਂਗੇ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਕੋਲ ਦਰਖਾਸਤ ਵੀ ਦਿੱਤੀ ਹੈ ਕਿ ਅਸੀਂ ਇੱਥੇ ਧਰਨਾ ਲਾਉਣ ਦੇ ਲਈ ਬੈਠਣਾ ਹੈ ਤੇ ਸਾਨੂੰ ਥਾਂ ਦੀ ਇਜਾਜ਼ਤ ਜੋ ਜਿਹੜੀ ਉਹ ਦਿੱਤੀ ਜਾਵੇ ਤੇ 13 ਦਸੰਬਰ ਨੂੰ ਸਿੰਘੂ ਬਾਰਡਰ ਤੋਂ ਜਿਹੜੇ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਨੂੰ ਚਲਾਉਣ ਵਾਲੇ ਜਿਹੜੇ ਨੌਜਵਾਨ ਸੀ ਉਹ ਸਾਰੇ ਕੂਚ ਕੀਤੇ ਸੀ ਸਿੰਘੂ ਬਾਰਡਰ ਤੋਂ ਹਾਲਾਂਕਿ ਦੋ ਤਿੰਨ ਟਰਾਲੀਆਂ ਉੱਥੇ ਹੋਰ ਵੀ ਮੌਜੂਦ ਨੇ ਜਿਹੜੀਆਂ ਕਿਉਣੀਆਂ ਬਾਕੀ ਹੈਗੀਆਂ ਨੇ ਤੇ ਇਹ ਚੱਲੇ ਹੋਏ 13 ਦਸੰਬਰ ਨੂੰ ਚੱਲੇ ਹੋਏ ਨੌਜਵਾਨ 14 ਦਸੰਬਰ ਨੂੰ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਪਹੁੰਚੇ ਤਾਂ ਇੱਥੇ ਪਹੁੰਚ ਤੇ ਪੰਥਕਾਲੀ ਲਹਿਰ ਦੇ ਪ੍ਰਧਾਨ ਜ਼ਥੇਦਾਰ ਭਾਈ ਰਣਜੀਤ ਸਿੰਘ ਨੇ ਮੋਰਚਾ ਫਤਿਹ ਕਰਕੇ ਆਏ ਇਹਨਾਂ ਸਾਰੇ ਨੌਜਵਾਨਾਂ ਦਾ ਸਨਮਾਨਿਤ ਨੌਜਵਾਨਾਂ ਦਾ ਸਵਾਗਤ ਕੀਤਾ ਤੇ ਸਿੰਘ ਸਾਹਿਬ ਨੇ ਸਿੰਘੂ ਬਾਰਡਰ ਤੇ ਪੂਰਾ ਸਾਲ 24 ਘੰਟੇ ਮੈਡੀਕਲ ਸਹੂਲਤਾਂ ਦੇਣ ਵਾਲੇ ਹਸਪਤਾਲ ਦੇ ਨੌਜਵਾਨ ਪ੍ਰਬੰਧਕਾਂ ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਬੈਣੀਪਾਲ ਸਮੇਤ ਹੋਰ ਨੌਜਵਾਨ ਵੀ ਮੌਜੂਦ ਸਨ ਤੇ ਸਾਲ ਭਰ ਬਾਰਡਰ ਤੇ ਰਹਿਣ ਵਾਲੇ ਬਾਪੂ ਸੰਤੋਖ ਸਿੰਘ ਉਹਨਾਂ ਨੂੰ ਵੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਬਾਪੂ ਸੰਤੋਖ ਸਿੰਘ ਨੂੰ ਉਹਨਾਂ ਨੇ ਕੁਝ ਨਗਦ ਭੇਟਾ ਦੇ ਕੇ ਵੀ ਸਨਮਾਨਿਤ ਕੀਤਾ ਤੇ ਕਿਸਾਨ ਮੋਰਚੇ ਦੀ ਫਤਿਹ ਦੇ ਲਈ ਅਕਾਲਪੁਰਖ ਦਾ ਸ਼ੁਕਰਾਨਾ ਵੀ ਕੀਤਾ ਇਸ ਮੌਕੇ ਇਹ ਜਿਹੜੇ ਨੌਜਵਾਨ ਉੱਥੇ ਸੇਵਾਵਾਂ ਦੇ ਕੇ ਆਏ ਨੇ ਇਹਨਾਂ ਨੇ ਕਿਸਾਨ ਮੋਰਚੇ ਤੇ ਡਾਕਟਰ ਅਵਨੀਤ ਔਰ ਜਿਹੜੀ ਕਿਤਾਬ ਲਿਖੀ ਹੈ ਪਾਵਰ ਆਫ ਪਲੋ ਉਹ ਵੀ ਉਹਨਾਂ ਨੇ ਸਿੰਘ ਸਾਹਿਬ ਨੂੰ ਪੇਂਟ ਕੀਤੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਾਕਟਰ ਅਮਿਤ ਗੌਰ ਜੀ ਜੋ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਖਾਲਸਾ ਕਾਲਜ ਵਿੱਚ ਪੜ੍ਹਾਉਂਦੇ ਨੇ ਤੇ ਉਹਨਾਂ ਨੇ ਬਹੁਤ ਮਿਹਨਤ ਕਰਕੇ ਪਾਵਰ ਆਫ ਦਾ ਪਲੋ ਹੜ੍ਹ ਦੀ ਸ਼ਕਤੀ ਜਿਹੜੀ ਇਹ ਕਿਤਾਬ ਤਕਰੀਬਨ 12 ਲੱਖ ਰੁਪਇਆ ਲਾ ਕੇ ਬਹੁਤ ਸੋਹਣੀ ਇਹਦੀ ਪ੍ਰਿੰਟਿੰਗ ਹੈ 12 ਲੱਖ ਰੁਪਇਆ ਸਰਚ ਕੇ ਲਾ ਕੇ ਪੂਰੇ ਮੋਰਚੇ ਦੇ ਵਿੱਚ ਜੋ ਸੱਭਿਆਚਾਰਕ ਗਤੀਵਿਧੀਆਂ ਹੋਈਆਂ ਨੇ ਉੱਥੇ ਮੋਰਚੇ ਜਿਹੜੀ ਅਸਲ ਆਤਮਾ ਹੈ ਰਾਜਨੀਤਿਕ ਪੱਖ ਨੂੰ ਛੱਡ ਕੇ ਹਰ ਚੀਜ਼ ਮੋਰਚੇ ਦੀ ਇਹਦੇ ਵਿੱਚ ਸ਼ਾਮਿਲ ਕੀਤੀਆਂ ਕਿੰਨੀਆਂ ਐਨ ਜੀਓ ਸੀਗੀਆਂ ਕਿਹਨੇ ਕਿਹਨੇ ਵਿੱਚ ਕੰਮ ਕੀਤਾ ਕਿਹੜੇ ਲੰਗਰਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਕਿਹੜੇ-ਕਿਹੜੇ ਆਖੂਆਂ ਨੇ ਬਾਪੂ ਸੰਤੋਖ ਸਿੰਘ ਦੀ ਬੜੀ ਨੇੜੂ ਸਾਡੇ ਵਿੱਚ ਨੇ ਜਿਹੜੇ ਸ਼ੁਰੂ ਤੋਂ ਮੋਰਚੇ ਡੱਟੇ ਹੋਏ ਨੇ ਹਰ ਉਸ ਰੂਹ ਦਾ ਇਹਦੇ ਵਿੱਚ ਜ਼ਿਕਰ ਕੀਤਾ ਹਰ ਉਸ ਪਲ ਦਾ ਇਹਨ ਵਿੱਚ ਜ਼ਿਕਰ ਹੈ ਤੇ ਇਹ ਕਿਤਾਬ ਤੁਹਾਨੂੰ Amazon ਤੇ ਵੀ ਮਿਲ ਜਾਊਗੀ ਪਾਵਰ ਆਫ ਦਾ ਫਲੋ ਹਲ ਦੀ ਤਾਕਤ ਹਲ ਦੀ ਤਾਕਤ ਨਾਲ ਹੀ ਆਪਾਂ ਐਡੀ ਵੱਡੀ ਜਿਹੜੀ ਸਰਕਾਰ ਨੂੰ ਜਿਹੜੀ ਤਾਨਾਸ਼ਾਹ ਸਰਕਾਰ ਨੂੰ ਆਪਾਂ ਝੁਕਾ ਸਕੀਏ ਤੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜਿੰਨੇ ਵੀ ਕਾਫਲੇ ਚੱਲੇ ਹੋਏ ਨੇ ਉਹ ਸਾਰੇ ਪੜਾ ਦਰ ਪੜਾ ਚੱਲਦੇ ਹੋਏ ਉਹ ਸਾਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਅਖੀਰ ਤੇ ਜਾ ਕੇ ਇਸੇ ਤਰ੍ਹਾਂ ਜਿਹੜਾ ਨਿਹੰਗ ਸਿੰਘਾਂ ਨੇ ਕਾਫਲਾ ਜਿਹੜਾ ਸ਼ੁਰੂ ਕੀਤਾ ਸੀ ਸਿੰਘੂ ਮਾਰਡਰ ਤੋਂ 11 ਦਸੰਬਰ ਨੂੰ ਉਹ ਵੀ 15 ਦਸੰਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਵੇਗਾ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਣ ਵਾਲੇ ਚਾਹੇ ਉਹ ਕਿਸਾਨ ਲੀਡਰ ਹੋਣ ਜਾਂ ਫਿਰ ਕਿਸਾਨਾਂ ਦੇ ਹੋਰ ਕਾਫਲੇ ਹੋਣ ਸਭ ਦਾ ਸਵਾਗਤ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਾਫਲਾ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਹੈ 14 ਦਸੰਬਰ ਨੂੰ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਇਹ ਕਾਫਲਾ 13 ਦਸੰਬਰ ਨੂੰ ਸਿੰਘੂ ਬਾਰਡਰ ਤੋਂ ਚੱਲਿਆ ਸੀ 13 ਅੰਤ ਸਮਵਤ ਦੀ ਰਾਤ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਰੁਕਿਆ ਸੀ ਤੇ 14 ਦਸੰਬਰ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਕਈ ਪੜਾਵਾਂ ਤੋਂ ਹੁੰਦਾ ਹੋਇਆ ਦਰਬਾਰ ਸਾਹਿਬ ਪਹੁੰਚਿਆ ਸੀ ਇਸੇ ਤਰ੍ਹਾਂ 15 ਦਸੰਬਰ ਨੂੰ ਪੰਜਾਬ ਦੇ ਵਿੱਚ ਜਿੰਨੀਆਂ ਵੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ 100 ਤੋਂ ਵੱਧ ਥਾਵਾਂ ਤੇ ਉਹ ਸਾਰੇ ਸਮਾਪਤ ਕਰ ਦਿੱਤੇ ਜਾਣਗੇ ਬੁੱਧਵਾਰ ਨੂੰ ਸਾਰੇ ਮੋਰਚੇ ਸਮਾਪਤ ਕੀਤੇ ਜਾਣਗੇ ਜਕਾਰਿਆਂ ਦੀ ਗੂੰਜ ਦੇ ਵਿੱਚ ਜਿੱਤ ਦੀ ਖੁਸ਼ੀ ਦੇ ਵਿੱਚ ਇਹ ਸਾਰੇ ਮੋਰਚੇ ਸਮਾਪਤ ਕਰ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜ਼ਾਹਿਰ ਤੌਰ ਤੇ ਟੋਲ ਪਲਾਜ਼ੇ ਨੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਤੇ ਰਾਕੇਸ਼ ਟਕਤ ਜਿਹੜੇ ਕਿ 13 ਦਸੰਬਰ ਨੂੰ ਪੰਜਾਬ ਪਹੁੰਚੇ ਸੀ ਸਚਕਣ ਸਿੱਧੇ ਦਰਬਾਰ ਸਾਹਿਬ ਪਹੁੰਚੇ ਸੀ ਜਲੰਧਰ ਪਹੁੰਚਣ ਤੇ ਉਹਨਾਂ ਦਾ ਵੱਡਾ ਸਵਾਗਤ ਕੀਤਾ ਗਿਆ ਤੇ ਜਲੰਧਰ ਪਹੁੰਚੇ ਰਾਕੇਸ਼ ਟਕੈਤ ਨੇ ਚੇਤਾਵਨੀ ਵੀ ਦਿੱਤੀ ਸੀ ਸਰਕਾਰ ਨੂੰ ਕਿ ਜੇ ਟੋਲ ਪਲਾਜ਼ਿਆਂ ਦੇ ਰੇਟ ਵਧਾਏਗੇ ਦਰਾਂ ਬਹੁਤ ਜ਼ਿਆਦਾ ਵਧਾਈਆਂ ਗਈਆਂ ਤਾਂ ਅਸੀਂ ਮੋੜ ਤੋਂ ਸੰਘਰਸ਼ ਵਿੱਢ ਦਿਆਂਗੇ ਪਰ ਜਿਹੜੇ ਟੋਲ ਪਲਾਜਾਂ ਦੇ ਰੇਟ ਹੈਗੇ ਨੇ ਉਹਨਾਂ ਬਾਰੇ ਜਿਸ ਤਰੀਕੇ ਨਾਲ ਅਸੀਂ ਖਬਰ ਦੱਸੀ ਸੀ ਉਹ ਵਧਾ ਦਿੱਤੇ ਗਏ ਨੇ ਚੁੱਪਚਾਪੀ ਤੇ ਕਿਸਾਨਾਂ ਦੇ ਅੰਦੋਲਨ ਦਰਮਿਆਨ ਵਧਾ ਦਿੱਤੇ ਗਏ ਨੇ ਤਾਂ ਕਿ ਘਾਟਾ ਜਿਹੜਾ ਪਿਆ ਹੈ ਪਿਛਲੇ 1 ਸਾਲ ਦੇ ਵਿੱਚ ਉਹ ਪੂਰਾ ਕੀਤਾ ਜਾ ਸਕੇ ਕਿਉਂਕਿ ਇਸ 1 ਸਾਲ ਦੇ ਵਿੱਚ ਲੋਕ ਨੇ ਜਿਹੜੇ ਖਾਸ ਕਰਕੇ ਜਿਹੜੇ ਟਰੱਕ ਆਪਰੇਟਰ ਹੈਗੇ ਨੇ ਉਹਨਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਉਹਨਾਂ ਨੂੰ ਟੋਲ ਤੇ ਖੜ ਕੇ ਨਾ ਤਾਂ ਲਾਈਨਾਂ ਵਿੱਚ ਖੜ ਕੇ ਉਡੀਕ ਕਰਨੀ ਪੈਂਦੀ ਸੀ ਉਹ ਲੇਟ ਵੀ ਨਹੀਂ ਹੁੰਦੇ ਸੀ ਸਮੇਂ ਤੇ ਆਪਣੇ ਥਾਵਾਂ ਤੇ ਪਹੁੰਚ ਵੀ ਜਾਂਦੇ ਸੀ ਤੇ ਨਾ ਹੀ ਉਹਨਾਂ ਨੂੰ ਜੇਬ ਹੈ ਜਿਹੜੀ ਉਹ ਹੌਲੀ ਕਰਾਉਣੀ ਪੈਂਦੀ ਸੀ ਪਰਚੀ ਨਹੀਂ ਕਟਾਉਣੀ ਪੈਂਦੀ ਸੀ ਪਰ ਹੁਣ ਪਰਚੀ ਕਟਾਉਣੀ ਪਿਆ ਕਰੇਗੀ ਤੇ ਲਾਈਨਾਂ ਦੇ ਵਿੱਚ ਲੱਗੇ ਲੋਕ ਕਿਸਾਨਾਂ ਨੂੰ ਜ਼ਰੂਰ ਯਾਦ ਕਰਿਆ ਕਰਨਗੇ ਕਿ ਸੰਘਰਸ਼ ਦਾ ਸਮਾਂ ਬੜਾ ਚੰਗਾ ਸੀ ਇੱਕ ਸਾਲ ਸਾਰੇ ਲੋਕਾਂ ਦਾ ਕਰੋੜਾਂ ਰੁਪਏ ਦਾ ਜਿਹੜਾ ਬਚਾਅ ਹੈ ਉਹ ਇਸ ਟੋਲ ਦੀ ਪਰਚੀ ਨਾ ਕਟਵਾਉਣ ਕਰਕੇ ਹੋਇਆ ਹੈ ਟੋਲ ਪਲਾਜ਼ਿਆਂ ਨੂੰ ਲੈ ਕੇ ਹੁਣੇ-ਹੁਣੇ ਤਾਜ਼ਾ ਖਬਰ ਇਹ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਲੱਗੇ ਨੇ ਉਹ ਨਹੀਂ ਚੁੱਕੇ ਜਾਣਗੇ ਉਗਰਾਹਾਂ ਜਥੇਬੰਦੀ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਜਥੇਬੰਦੀਆਂ ਨੇ ਹਾਲਾਂਕਿ 15 ਦਸੰਬਰ ਤੋਂ ਟੋਲ ਪਲਾਜ਼ਿਆਂ ਤੋਂ ਧਰਨੇ ਚੁੱਕਣ ਦਾ ਐਲਾਨ ਕੀਤਾ ਸੀ ਪਰ ਹੁਣ ਫੈਸਲਾ ਬਦਲ ਲਿਆ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਕਿਹਾ ਹੈ ਕਿ ਟੋਲ ਪਲਾਜ਼ਿਆਂ ਦੀ ਦੁੱਗਣੀ ਫੀਸ ਹੋਣ ਕਰਕੇ ਟੋਲ ਪਲਾਜ਼ਿਆਂ ਤੋਂ ਮੋਰਚੇ ਉਹਨਾਂ ਚਿਰ ਨਹੀਂ ਚੁੱਕੇ ਜਾਣਗੇ ਜਿੰਨਾ ਚਿਰ ਤੱਕ ਪਹਿਲਾਂ ਵਾਲੀਆਂ ਫੀਸਾਂ ਨਹੀਂ ਕੀਤੀਆਂ ਜਾਣਗੀਆਂ ਵਾ ਪ੍ਰਧਾਨ ਜੁਗਿੰਦਰ ਉਗਰਾਹ ਨੇ ਕਿਹਾ ਕਿ ਕਾਰਪੋਰੇਟ ਘਰਾਣੇ 1 ਸਾਲ ਦੇ ਵਿੱਚ ਪਿਆ ਘਾਟਾ ਦੁੱਗਣੀ ਫੀਸ ਕਰਕੇ ਵਸੂਲਣਾ ਚਾਹੁੰਦੇ ਨੇ ਤੇ ਸਰਕਾਰ ਵੀ ਚੁੱਪ ਹੈ ਇਸ ਮੁੱਦੇ ਤੇ ਇਸ ਲਈ ਕਿਸਾਨ ਉਹਨਾਂ ਚ ਟੋਲ ਪਲਾਜ਼ਾਂ ਤੇ ਡਟੇ ਰਹਿਣਗੇ ਜਿੰਨਾ ਚਿਰ ਤੱਕ ਸਰਕਾਰ ਪ੍ਰੋਸਾਨੀ ਨਹੀਂ ਦਿੰਦੀ ਕਿ ਟੋਲ ਫੀਸ ਪਹਿਲਾਂ ਜਿੰਨੀ ਹੀ ਲੱਗੂਗੀ ਜਨ ਕਿਸਾਨ ਸਾਥੀਓ ਰਣ ਨੂੰ ਆਪਾਂ ਪੰਜਾਬ ਦੇ ਵਿੱਚੋਂ ਸਾਰੇ ਧਰਨੇ ਚੱਕਣ ਦਾ ਫੈਸਲਾ ਕੀਤਾ ਸੀ ਪਰ ਸਰਕਾਰ ਨੇ ਟੋਲ ਪਲਾਜ਼ਾਂ ਦੀਆਂ ਫੀਸਾਂ ਦੁੱਗਣੀਆਂ ਇਿੱਥੇ ਉਹ ਯਾਨੀ ਜੇ ਕੀਮਤਾ ਪੰਜਾਬ ਸਰਕਾਰ ਇਹਦਾ اعلان ਨਹੀਂ ਕਰਦੀ ਕਿ ਪ੍ਰਾਣੀਆਂ ਰਹਿਣ ਗਿਆ ਉਹਨਾਂ ਚਿਰ ਤੱਕ ਇਹ ਟੋਲ ਪਲਾਜ਼ਾ ਜਿਹੜੇ ਧਰਨੇ ਨੇ ਸਾਡੇ ਲਗਾਤਾਰ ਰਹਿਣਗੇ ਕਿਉਂਕਿ ਸਰਕਾਰ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਕਿ ਦੁਗਣੀਆਂ ਫੀਸਾਂ ਲੈ ਕੇ ਜੇ ਅਗਲੇ ਸਾਲ ਦੇ ਵਿੱਚ ਇਹ ਸਾਲ ਦਾ ਸਾਰਾ ਘਾਟਾ ਪੂਰਾ ਕਰਕੇ ਇਹ ਘਾਟਾ ਵੀ ਪੂਰਾ ਪੂਰਾ ਜਾਵੇ ਇਹ ਜਿਹੜਾ ਫੈਸਲਾ ਸਰਕਾਰ ਦਾ ਜਮਾਂ ਗਲਤ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜੇ ਟੋਲ ਪਲਾਜ ਚਲਾਉਣੇ ਨੇ ਤਾਂ ਜਿਹੜੀਆਂ ਪਹਿਲਾਂ ਫੀਸਾਂ ਉਹਨਾਂ ਦੇ ਡਿਟੇਲ ਨੇ ਉਹਨਾਂ ਫੀਸਾਂ ਤੇ ਹੀ ਹੋਬਸੂਲ ਕਰੇ ਜੇ ਵਜਿਆ ਹੋਇਆ ਫੈਸਲਾ ਵਾਪਸ ਲੈਣ ਜੀ ਤਾਂ ਟੋਲ ਪਲਾਜਾਂ ਤੇ ਸਾਡੇ ਜਾਮ ਜਿਵੇਂ ਪਹਿਲਾਂ ਨੇ ਰੋਕੇ ਹੋਏ ਨੇ ਉਸੇ ਤਰ੍ਹਾਂ ਰਹਿਣਗੇ ਅਗਲੀ ਖਬਰ ਗੁਰਨਾਮ ਸਿੰਘ ਚੜੂਨੀ ਹਰਿਆਣਾ ਦੇ ਕਿਸਾਨ ਲੀਡਰ ਜਿਹੜੇ ਕਿ ਦਿੱਲੀ ਮੋਰਚਿਆਂ ਤੋਂ ਫਤਿਹ ਹਾਸਲ ਕਰਕੇ ਪਰਤੇ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਹੋ ਰਿਹਾ ਹੈ ਹਰਿਆਣੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਭੈਣੀ ਸੁਰਜਣ ਹਰਿਆਣਾ ਦੇ ਵਿੱਚ ਉਹਨਾਂ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਚੜੂਨੀ ਦਾ ਚਾਂਦੀ ਦੇ ਹਲ ਦੇ ਨਾਲ ਵੀ ਸ਼ੰਭੂ ਬਾਰਡਰ ਤੇ ਸਵਾਗਤ ਕੀਤਾ ਗਿਆ ਸੀ ਤੇ ਹੁਣ ਇੱਥੇ ਲੱਡੂਆਂ ਨਾਲ ਤੋਲਿਆ ਗਿਆ ਮਈੜ ਟੋਲ ਖਟਕਰ ਟੋਲ ਤੇ ਬੱਦੋਵਾਲ ਟੋਲ ਤੇ ਵੀ ਪਰਮਾਣ ਸਵਾਗਤ ਚੜੂਨੀ ਦਾ ਕੀਤਾ ਗਿਆ ਇਥੇ ਵੱਡੇ ਇਕੱਠ ਨੇ ਜਿਹੜੇ ਉਹ ਜੁੜੇ ਹੈਗੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇਸ ਦਿਨ ਵਾਲੀ 15 ਦਸੰਬਰ ਨੂੰ ਦੁਪਹਿਰੇ 2 ਵਜੇ ਜੰਡੇਆਲਾ ਗੁਰੂ ਤੋਂ ਚੜੂਨੀ ਦਾ ਕਾਫਲਾ ਜਿਹੜਾ ਉਹ ਦਰਬਾਰ ਸਾਹਿਬ ਲਈ ਰਵਾਨਾ ਹੋਵੇਗਾ ਚੜੂਨੀ ਨੇ ਅਪੀਲ ਕੀਤੀ ਹੈ ਕਿ ਹਰਿਆਣੇ ਦੇ ਜਿਹੜੇ ਵੀ ਕਿਸਾਨ ਜਿਹੜੇ ਵੀ ਲੋਕ ਗੁਰਨਾਮ ਸਿੰਘ ਚੜੂਨੀ ਨਾਲ ਦਰਬਾਰ ਸਾਹਿਬ ਜਾਣਾ ਚਾਹੁੰਦੇ ਨੇ ਉਹ 2 ਵਜੇ ਜੰਡੇਆਲਾ ਗੁਰੂ ਪਹੁੰਚ ਸਕਦੇ ਨੇ ਅੰਮ੍ਰਿਤਸਰ ਤੋਂ 15-20 ਕਿਲੋਮੀਟਰ ਦੀ ਦੂਰੀ ਤੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਨਾਲ ਜੁੜੀ ਖਬਰ ਹੈ ਇਸ ਮਾਮਲੇ ਦੇ ਵਿੱਚ ਸਿਰਸਾ ਜੇਲ੍ਹ ਦੇ ਵਿੱਚ ਬੰਦ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੇ ਲਈ ਟੀਮ ਹੈ ਜਿਹੜੀ ਉਹ ਦੂਸਰੀ ਵਾਰੀ ਸੁਨਾਰੀਆ ਜੇਲ੍ਹ ਪਹੁੰਚੀ ਹੈ ਇਸ ਤੋਂ ਪਹਿਲਾਂ ਵੀ ਆਈਜੀ ਪਰਮਾਰ ਦੀ ਅਗਵਾਈ ਵਾਲੀ ਸੈੱਟ ਜੇਲ੍ਹ ਦੇ ਵਿੱਚ ਬੰਦ ਰਾਮ ਰਹੀਮ ਤੋਂ ਪੁੱਛਗਿੱਛ ਕਰ ਚੁੱਕੀ ਹੈ ਸਿਟਨੇਸ ਵਾਲਾਂ ਦੀ ਵਿਚਾੜ ਲਾਈ ਬਹੁਤ ਸਾਰੇ ਸਵਾਲ ਜਨਤਕ ਵੀ ਹੋਏ ਸੀ ਪਿਛਲੀ ਪੁੱਛਗਿਛ ਦੇ ਵਿੱਚ ਪਰ ਜਾਂਚ ਮੁਕੰਮਲ ਹੋਣ ਵੱਲ ਨਹੀਂ ਤਰੀ ਡੇਰੇ ਦੀਆਂ ਜਿਹੜੀਆਂ ਦੋ ਸਾਧਵੀਆਂ ਖਾਸ ਚੇਲੀਆਂ ਰਾਮ ਰਹੀਮ ਦੀਆਂ ਉਹਨਾਂ ਤੋਂ ਵੀ ਪੁੱਛਗਿਛ ਕਰਨ ਦੀ ਕੋਸ਼ਿਸ਼ ਕੀਤੀ ਗਈ ਡਾਕਟਰ ਨੈਨ ਤੇ ਇੱਕ ਹੋਰ ਬੀਬੀ ਪਰ ਇਹਨਾਂ ਨੇ ਵੀ ਕੋਈ ਚੰਗੇ ਤਰੀਕੇ ਨਾਲ ਜਵਾਬ ਨਹੀਂ ਦਿੱਤੇ ਇੱਕ ਜਿਹੜੀ ਖਾਸ ਚੇਲੀ ਹੈ ਉਹ ਤਾਂ ਉਹ ਤਾਂ ਡੇਰੇ ਦੇ ਵਿੱਚ ਹੈ ਹੀ ਨਹੀਂ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਤਕੜਾ ਝਟਕਾ ਲੱਗਿਆ ਪੰਜਾਬ ਸਰਕਾਰ ਪੁਲਿਸ ਕਾਰਵਾਈ ਨੂੰ ਲੈ ਕੇ ਦੁਚਿੱਤੀ ਵਿੱਚ ਪੈ ਗਈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐਸ ਕੇ ਅਸਥਾਨਾ ਦੇ ਨਾਮ ਤੇ ਨਸ਼ਰ ਹੋਈ ਇੱਕ ਚਿੱਠੀ ਨੇ ਸਰਕਾਰ ਦੀ ਸ਼ਸ਼ੋਪੰਚ ਨੂੰ ਹੋਰ ਵੀ ਵਧਾ ਦਿੱਤਾ ਹੈ ਅਸਥਾਨਾ ਮੈਡੀਕਲ ਛੁੱਟੀ ਤੇ ਚਲੇ ਗਏ ਨੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮੁੱਖ ਮੰਤਰੀ ਦੇ ਵੱਲੋਂ ਨਸ਼ਿਆਂ ਤੇ ਕਾਰਵਾਈ ਕਰਨ ਲਈ ਲੰਘੇ ਸ਼ਨੀਵਾਰ ਨੂੰ ਰੱਖੀ ਇੱਕ ਬੈਠਕ ਵਿੱਚ ਵੀ ਬਿਮਾਰੀ ਦਾ ਬਹਾਨਾ ਲਾ ਕੇ ਉਹ ਸ਼ਾਮਿਲ ਨਹੀਂ ਸੀ ਹੋਏ ਪਰ ਇੱਕ ਦਿਨ ਪਹਿਲਾਂ ਤਾਂ ਉਹਨਾਂ ਨੇ ਪੁਲਿਸ ਮੁਖੀ ਨੂੰ ਸੰਬੋਧਿਤ ਪੱਤਰ ਜਿਹੜਾ ਲਿਖਿਆ ਉਸ ਦੇ ਜਨ ਤੱਕ ਹੋਣ ਨਾਲ ਪੰਜਾਬ ਸਰਕਾਰ ਦੀਆਂ ਜੜਾਂ ਹਿੱਲੀਆਂ ਲੱਗਦੀਆਂ ਨੇ ਤੇ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਚਿੱਠੀ ਅਸਥਾਨਾਂ ਨੇ ਹੀ ਡੀਜੀਪੀ ਨੂੰ ਲਿਖੀ ਹੈ ਚਿੱਠੀ ਵਿੱਚ ਕਿਹਾ ਗਿਆ ਕਿ ਬੰਦ ਲਫਾਫਾ ਖੋਲਣ ਤੋਂ ਪਹਿਲਾਂ ਅਦਾਲਤ ਦੀ ਮਨਜ਼ੂਰੀ ਲੈਣੀ ਬਣਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸਪੈਸ਼ਲ ਸੈਟ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਸਾਫਕਾ ਮੰਤਰੀ ਤੇ ਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਨੇ ਇਸ ਲਈ ਉਹਨਾਂ ਨੂੰ ਜਾਂਚ ਨਹੀਂ ਦੇਣੀ ਚਾਹੀਦੀ ਸੀ ਸੋ ਇਸ ਤਰ੍ਹਾਂ ਦੇ ਖੁਲਾਸੇ ਹੋਣ ਤੋਂ ਬਾਅਦ ਹੁਣ ਚੰਨੀ ਸਰਕਾਰ ਕੀ ਕਰੂਗੀ ਆਪਣੀਆਂ ਮੁਸ਼ਕਲਾਂ ਨੂੰ ਕਿਵੇਂ ਘਟਾਊਗੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਕਿਉਂ ਅਧਿਕਾਰੀ ਹੈਗੇ ਨੇ ਜਿਹੜੇ ਉਹ ਅਕਾਲੀਆਂ ਨੂੰ ਕਲੀਨ ਚਿੱਟ ਦੇਣਾ ਚਾਹੁੰਦੇ ਨੇ ਸਰਕਾਰ ਕਾਂਗਰਸ ਦੀ ਹੈ ਪਰ ਜਿਹੜੇ ਵੱਡੇ ਅਧਿਕਾਰੀ ਹੈਗੇ ਨੇ ਉਹ ਅਕਾਲੀ ਲੀਡਰਾਂ ਦੇ ਪੱਖ ਵਿੱਚ ਕਿਉਂ ਭੁਗਤ ਦੇ ਦਿਖਾਈ ਦੇ ਰਹੇ ਨੇ ਇਸ ਦੀ ਸਮਝ ਕਿਸੇ ਨੂੰ ਨਹੀਂ ਆ ਰਹੀ ਪੰਜਾਬ ਦੀ ਚੰਨੀ ਸਰਕਾਰ ਨੇ 36000 ਮੁਲਾਜ਼ਮ ਪੱਕੇ ਕਰਨ ਵਾਲਾ ਜਿਹੜਾ ਬਿੱਲ ਲਿਆਂਦਾ ਸੀ ਉਹ ਵੀ ਹਵਾ ਦੇ ਵਿੱਚ ਲਟਕ ਗਿਆ ਲੱਗਦਾ ਹੈ ਜ਼ੋਰ ਸ਼ੋਰ ਦੇ ਨਾਲ ਪਾਸ ਕੀਤੇ ਗਏ 36000 ਕੱਚੇ ਠੇਕੇ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ ਬਿੱਲ ਨੂੰ ਵਿਧਾਨ ਸਭਾ ਵਿੱਚ ਪਾਸ ਕਰਕੇ ਚੰਨੀ ਸਰਕਾਰ ਨੇ ਰਾਜ ਭਵਨ ਭੇਜ ਦਿੱਤਾ ਸੀ ਪਰ ਸੂਤਰਾ ਮੁਤਾਬਕ ਇਹ ਹਾਲੇ ਤੱਕ ਵਾਪਸ ਨਹੀਂ ਆਈ ਉੰਜ ਤਾਂ ਰਾਜਪਾਲ ਦੇ ਚਾਹੇ ਇਹਨਾਂ ਨੂੰ ਬਿਨਾ ਮਨਜ਼ੂਰੀ ਵਾਪਸ ਵੀ ਭੇਜ ਸਕਦਾ ਹੈ ਪਰ ਹਾਲੇ ਤੱਕ ਅਜਿਹਾ ਵੀ ਕੋਈ ਸੰਕੇਤ ਨਹੀਂ ਮਿਲਿਆ ਕਿ ਇਹ ਵਾਪਸ ਭੇਜ ਦਿੱਤਾ ਗਿਆ ਰਾਜਪਾਲ ਨੇ ਹਾਲੇ ਤੱਕ ਇਹਨਾਂ ਬਿੱਲਾਂ ਤੇ ਆਪਣੀ ਮੋਹਰ ਵੀ ਨਹੀਂ ਲਾਈ ਹੈ ਇਹਨਾਂ ਬਿੱਲਾਂ ਦੇ ਵਿੱਚੋਂ ਪਾਵਰ ਐਨਰਜੀ ਨਾਲ ਸੰਬੰਧਿਤ ਦੋ ਬਿੱਲ ਅਜੇ ਵੀ ਹਨ ਜਿਹੜੇ ਗਵਰਨਰ ਨੇ ਆਪਣੀ ਹਰੀ ਝੰਡੀ ਦੇ ਕੇ ਰਾਸ਼ਟਰਪਤੀ ਨੂੰ ਭੇਜਣੇ ਨੇ ਸਭ ਤੋਂ ਵੱਧ ਉਡੀਕ ਹੈ ਜਿਹੜੀ ਉਹ 36000 ਕਰਮਚਾਰੀਆਂ ਨੂੰ ਪੱਕੇ ਕਰਨ ਵਾਲੇ ਬਿੱਲ ਦੀ ਹੈ ਜਿਹੜੇ ਕਰਮਚਾਰੀਆਂ ਨੂੰ ਇਸ ਬਿੱਲ ਤੋਂ ਰਾਹਤ ਮਿਲਣ ਦੀ ਉਮੀਦ ਹੈ ਬਹੁਤ ਬੇਸਬਰੀ ਦੇ ਨਾਲ ਇਸ ਦੀ ਮਨਜ਼ੂਰੀ ਅਤੇ ਇਸ ਦੇ ਅਮਲ ਨੂੰ ਉਡੀਕ ਰਹੇ ਨੇ ਇਹ ਵੀ ਖੱ ਨੂੰ ਕਿ ਜੇਕਰ ਇਹ ਬਿੱਲ ਛੇਤੀ ਮਨਜ਼ੂਰ ਨਾ ਹੋਏ ਦੇਰੀ ਹੋਗੀ ਤਾਂ ਕਿਤੇ ਇਸ ਦੇ ਲਾਗੂ ਹੋਣ ਮੌਕੇ ਚੋਣਾਂ ਜ਼ਾਬਤਾ ਨਾ ਲੱਗ ਜਾਵੇ ਤੇ 36000 ਜਿਹੜੇ ਮੁਲਾਜ਼ਮ ਪੱਕੇ ਹੋਣੇ ਨੇ ਉਹ ਉਸੇ ਤਰ੍ਹਾਂ ਨਾਤੇ ਧੋਤੇ ਰਹਿ ਨਾ ਜਾਣ ਰਾਜਪਬੰਦ ਦੇ ਵੱਲੋਂ ਇਹ ਬਿੱਲ ਆਪਣੀ ਮੋਹਰ ਲਾ ਕੇ ਹਾਲੇ ਤੱਕ ਕਿਉਂ ਨਹੀਂ ਵਾਪਸ ਭੇਜੇਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸકી ਕਿਸਾਨਾਂ ਦਾ ਮੋਰਚਾ ਫਤਿਹ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਸਰਗਰਮੀਆਂ ਨੇ ਉਹ ਕਾਫੀ ਵੱਧ ਗਈਆਂ ਨੇ ਤੇ ਸਿਆਸਤਦਾਨ ਤਾਂ ਆਪਣੀਆਂ ਰੈਲੀਆਂ ਕਰ ਹੀ ਰਹੇ ਨੇ ਉੱਥੇ ਹੀ ਜਿਹੜੇ ਸਮਾਜ ਦੇ ਕਲਾਕਾਰ ਬੁੱਧੀਜੀਵੀ ਵਰਗ ਹੈ ਜਿਹੜਾ ਉਹ ਵੀ ਇਸ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਇਹਨਾਂ ਸਿਆਸੀ ਲੀਡਰਾਂ ਨੂੰ ਲੀਤੇ ਲਿਆਂਦਾ ਜਾਵੇ ਲੋਕਾਂ ਦੇ ਹੱਕ ਵਿੱਚ ਹੀ ਆਪਣੇ ਕੰਮ ਕਰਨ ਪੰਜਾਬ ਦੇ ਕਲਾਕਾਰਾਂ ਤੇ ਕਈ ਬੁੱਧੀਜੀਵੀਆਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਜੂਜ ਦਾ ਪੰਜਾਬ ਮੰਚ ਦਾ ਗਠਨ ਕੀਤਾ ਗਿਆ ਇਸ ਮੌਕੇ ਗਾਇਕ ਬੱਬੂ ਮਾਨ ਫਿਲਮ ਨਿਰਦੇਸ਼ਕ ਅਮਿਤੋਜ ਮਾਨ ਗਿਆਨੀ ਕੇਵਲ ਸਿੰਘ ਜਿਹੜੇ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਖੇਤੀ ਮਾਹਿਰ ਦਵਿੰਦਰ ਸ਼ਰਮਾ ਡਾਕਟਰ ਬਲਵਿੰਦਰ ਸਿੰਘ ਸਿੱਧੂ ਰਵਿੰਦਰ ਸ਼ਰਮਾ ਗੁਲਪਨਾਗ ਪੱਤਰਕਾਰ ਸਰਬਜੀਤ ਢਾਲੀਵਾਲ ਦੀਪਕ ਸ਼ਰਮਾ ਪੱਤਰਕਾਰ ਹਮੀਰ ਸਿੰਘ ਡਾਕਟਰ ਸ਼ਿਆਮਸੁੰਦਰ ਦੀਪਤੀ ਰਣਜੀਤ ਬਾਵਾ ਜੱਸੀ ਗਾਇਕ ਤੇ ਜਸ ਬਾਜਵਾ ਗਾਇਕ ਰਵਿੰਦਰ ਕੌਰ ਪੱਟੀ ਇਹ ਸਾਰੇ ਹਾਜ਼ਰ ਸਨ ਸੋ ਫੋਰਮ ਦੇ ਏਜੰਡੇ ਦੇ ਵਿੱਚ ਔਰਤਾਂ ਨੂੰ ਚੋਣਾਂ ਦੇ ਵਿੱਚ 33% ਸੀਟਾਂ ਦੇਣ ਦਾ ਏਜੰਡਾ ਵੀ ਸ਼ਾਮਿਲ ਹੈ ਫਿਲਮ ਨਿਰਦੇਸ਼ਕਮ ਤੋਜਮਾਨ ਨੇ ਕਿਹਾ ਕਿ ਸਾਡਾ ਜਿਹੜਾ ਗਠਨ ਹੋਇਆ ਹੈ ਜੁਜਦਾ ਪੰਜਾਬ ਫੋਰਮ ਦਾ ਇਸ ਦਾ ਮਕਸਦ ਸਿਆਸਤ ਨੂੰ ਪ੍ਰਭਾਵਿਤ ਕਰਨਾ ਹੈ ਸਿਆਸਤ ਕਰਨਾ ਨਹੀਂ ਹੈ ਕਹਿੰਦੇ ਕਦੇ ਵੀ ਸੋਚਿਆ ਨਹੀਂ ਸੀ ਕਿ ਕੋਈ ਪੰਜਾਬੀ ਵੀ ਖੁਦਕੁਸ਼ੀ ਕਰ ਸਕਦਾ ਹੈ ਇਸ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਜਿੱਥੇ ਗੁਰਬਾਣੀ ਰਚੀ ਗਈ ਹੈ ਉਸ ਦੇ ਉੱਤੇ ਕੋਈ ਇਸ ਤਰ੍ਹਾਂ ਖੁਦਕੁਸ਼ੀਆਂ ਕਰਕੇ ਵੀ ਜਾਣਾ ਗਵਾ ਸਕਦਾ ਹੈ ਗੁਰੂਆਂ ਦੀ ਧਰਤੀ ਖਾਲੀ ਹੁੰਦੀ ਜਾ ਰਹੀ ਹੈ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਨੇ ਸਿਆਸੀ ਪਾਰਟੀਆਂ ਵੱਲ ਭੱਜ ਰਹੇ ਨੇ ਪਰ ਅਸੀਂ ਉਹਨਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਨਵੀਂ ਸੋਚ ਦੀ ਲੋੜ ਹੈ ਜਾਂ ਕਹਿ ਲਈਏ ਕਿ ਅਸਲੀ ਸੋਚ ਦੀ ਲੋੜ ਹੈ ਜਿਹੜੀ ਸਾਡੀ ਹੁੰਦੀ ਸੀ ਸਰਕਾਰੀ ਟਰਾਂਸਪੋਰਟ ਤੇ ਕਾਲਜ ਬੰਦ ਹੋ ਗਏ ਦਵਾਈਆਂ ਮਿਲ ਨਹੀਂ ਰਹੀਆਂ 85% ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲ ਨੇ ਆਖਿਰਕਾਰ ਸਿਸਟਮ ਦੇ ਵਿੱਚ ਕਿਹੜੀ ਗੜਬੜ ਹੈ ਜਿਸ ਨੂੰ ਠੀਕ ਕਰਨ ਦੀ ਲੋੜ ਹੈ ਤੇ ਉਹ ਜਿਹੜੀਆਂ ਗੜਬੜਾਂ ਹੈਗੀਆਂ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਸਰਕਾਰ ਦੇ ਉੱਤੇ ਪਾਰਟੀਆਂ ਦੇ ਉੱਤੇ ਦਬਾਅ ਬਣਾਉਣ ਦੇ ਲਈ ਅਸੀਂ ਆਪਣੇ ਮੋਰਚੇ ਦਾ ਗਠਨ ਕੀਤਾ ਹੈ ਕਹਿੰਦੇ ਅਸੀਂ ਏਜੰਡਾ ਲੈ ਕੇ ਆਇਆ ਕਰਾਂਗੇ ਜੇ ਇਹ ਸਾਡੇ ਏਜੰਡੇ ਨਾਲ ਸਹਿਮਤ ਨਾ ਹੋਏ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਿਆ ਕਰਾਂਗੇ ਜਿਹੜੀ ਸਿਆਸੀ ਪਾਰਟੀ ਏਜੰਡੇ ਨਾਲ ਸਹਿਮਤ ਹੋਏਗੀ ਉਹਨਾਂ ਦੀ ਅਸੀਂ ਮਦਦ ਕਰਾਂਗੇ ਇਹ ਤੜਾ ਸਿਆਸਤ ਨਹੀਂ ਕਰੇਗਾ ਕਦੇ ਚੋਣ ਨਹੀਂ ਲੜੇਗਾ ਕਿਸੇ ਨੂੰ ਵੀ ਸਿਆਸੀ ਜਿਹੜੇ ਤਗਮੇ ਪਵਾਉਣ ਦੀ ਕੋਈ ਵੀ ਇੱਛਾ ਨਹੀਂ ਹੈਗੀ ਲੋੜ ਨਹੀਂ ਹੈਗੀ ਅਹੁਦਿਆਂ ਦੀ ਪੰਜਾਬ ਨੂੰ ਬਚਾਉਣ ਦਾ ਕੀ ਤਰੀਕਾ ਹੈ ਇਸ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਇਸ ਮੌਕੇ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਹੁਤ ਪ੍ਰਭਾਵਸ਼ਾਲੀ ਹੈ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੈ ਇਹਦੇ ਵਿੱਚ ਤਬਦੀਲੀ ਦੀ ਲੋੜ ਹੈ 3 ਕਰੋੜ ਪੰਜਾਬੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਉਹਨਾਂ ਨੂੰ ਗਰੀਬ ਸਮਝ ਕੇ ਨੀਤੀਆਂ ਬਣਾ ਰਹੀਆਂ ਨੇ ਪਲੇਟਫਾਰਮ ਆਪਣੇ ਏਜੰਡੇ ਵਿੱਚ ਸਮਾਜਿਕ ਮੁੱਦਿਆਂ ਨੂੰ ਵੀ ਸ਼ਾਮਿਲ ਕਰੇਗਾ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾਕਟਰ ਸ਼ਿਆਮਸੁੰਦਰ ਦੀਪਤੀ ਨੇ ਕਿਹਾ ਕਿ ਮੈਂ 36 ਸਾਲਾਂ ਤੋਂ ਮੈਡੀਕਲ ਕਾਲਜ ਵਿੱਚ ਪੜ੍ਹਾ ਰਿਹਾ ਨੌਜਵਾਨਾਂ ਦੇ ਆਈਡਲ ਗਾਇਕ ਬਣ ਰਹੇ ਨੇ ਪਹਿਲਵਾਨ ਜ ਸੱਪੱਟੀ ਨੇ ਦੱਸਿਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਖੇਡ ਸਟੇਡੀਅਮ ਹੀ ਨਹੀਂ ਹੈਗਾ ਖਿਡਾਰੀਆਂ ਲਈ ਪੰਜਾਬ 'ਚ ਨੌਕਰੀਆਂ ਬਹੁਤ ਘੱਟ ਨੇ ਖਿਡਾਰੀਆਂ ਨੂੰ ਖੇਡਣਾ ਵੀ ਚਾਹੀਦਾ ਹੈ ਪੜਾਈ ਦੇ ਵਿੱਚ ਵੀ ਅਵਲ ਆਉਣਾ ਚਾਹੀਦਾ ਜੱਸਾ ਪੱਟੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਗੈਂਗਸਟਰਾਂ ਦਾ ਪਿਛੋਕੜ ਖੇਡਾਂ ਸੀ ਦਿਸ਼ਾ ਨਹੀਂ ਮਿਲੀ ਤਾਂ ਉਹ ਗੈਂਗਸਟਰ ਬਣ ਗਏ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਠੀਕ ਕਰਨ ਵਾਸਤੇ ਇਸ ਜੂਜਦਾ ਪੰਜਾਬ ਮੰਚ ਦਾ ਗਠਨ ਕੀਤਾ ਸੋਨ ਦੇਖਣਾ ਹੋਵੇਗਾ ਕਿ ਇਹ ਜਿਹੜਾ ਮੰਚ ਹੈਗਾ ਜੂਜਦਾ ਪੰਜਾਬ ਜਥੇਬੰਦੀ ਹੈ ਇਹ ਸਿਆਸਤ ਨੂੰ ਕਿੰਨੀ ਕੁ ਪ੍ਰਭਾਵਿਤ ਕਰੇਗੀ ਆਉਂਦੀਆਂ ਚੋਣਾਂ ਦੇ ਵਿੱਚ ਕੁੱਟੇ ਜਗਾ ਇਹ ਜਦੋਂ ਅੰਦੋਲਨ ਚੱਲੇ ਆ ਨਾ ਜਦੋਂ ਦੁਨੀਆ ਬਦਲਦੀ ਹੈ ਤਾਂ ਸਾਰੇ ਜਵਾਨ ਹੀ ਸੀ ਜਦੋਂ ਪਹਿਲਾ ਰੋਕਾ ਤੋੜ ਕੇ ਗਏ ਆ ਉੱਥੇ ਤਾਂ ਕੋਈ ਗੀਤ ਵੀ ਨਹੀਂ ਸੀ ਚੱਲਦਾ ਉਹ ਕਿਉਂ ਕਿ ਕਿ ਦਰਦ ਸੀ ਨੱਚਣਾ ਗਾਉਣਾ ਹੱਸਣਾ ਇਹ ਇੱਕ ਲਗ ਦੁਨੀਆ ਪਰ ਜਦੋਂ ਆਪਾਂ ਕਿਸੇ ਮੁੱਦੇ ਤੇ ਤੁਰਦੇ ਆ ਜਦੋਂ ਆਪਣੀ ਖੋਂਦ ਨੂੰ ਖਤਰਾ ਹੋ ਜਾਂਦਾ ਹੈ ਜਦੋਂ ਸਾਡੇ ਸਾਡੀ ਖੇਤੀਬਾੜੀ ਨੂੰ ਕੋਈ ਨੱਥ ਪਾ ਲੈਂਦਾ ਫਿਰ ਅਸੀਂ ਉਸ ਤਰੀਕੇ ਨਾਲ ਤੁਰਦੇ ਆ ਤਾਂ ਜਿਹੜਾ ਪਹਿਲਾ ਹੱਲਾ ਸੀ ਇਹ ਨੌਜਵਾਨ ਹੀ ਦਿੱਲੀ ਮਾਰ ਕੇ ਲੇਗੇ ਪਹਿਲੀਆਂ ਟਰਾਲੀਆਂ ਸਾਡੇ ਪਿੰਡਾਂ ਦੀਆਂ 5 ਟਰਾਲੀਆਂ ਗਈਆਂ ਸੀ ਉਦੋਂ ਤਾਂ ਸਾਡੇ ਜਿਹੜੇ ਜੂਨੀਅਰ ਵਾਲੇ ਬੰਦੇ ਵੀ ਨਹੀਂ ਸੀ ਪਹੁੰਚੇ 42-45 ਘੰਟੇ ਉਹ ਭੁੱਖੇ ਹੀ ਬੈਠੇ ਰਹੇ ਮੁੰਡੇ ਉਹ ਜੋਸ਼ ਉਹਨਾਂ ਦਾ ਸੀ ਉਦੋਂ ਬਾਅਦ ਲੋਕ ਜੁੜੇ ਉਦੋਂ ਬਾਅਦ ਬਜ਼ੁਰਗ ਪਹੁੰਚੇ ਉਦੋਂ ਬਾਅਦ ਫਿਰ ਬਜ਼ੁਰਗਾਂ ਨੇ ਵਾਗ ਡੋਡ ਸੰਭਾਲੀ ਅੱਜ ਦੇਖ ਲਓ ਕਿੱਥੇ ਪਹੁੰਚ ਗਏ ਸਵਾਦ ਵਾਲੀਆਂ ਗੱਲਾਂ ਕਰ ਲਾਂਗੇ ਬਾਅਦ ਵਿੱਚ ਜਦੋਂ ਆਪਾਂ ਕਿਤੇ ਮੇਲੇ ਤੇ ਹੋਵਾਂਗੇ ਸੋ ਅੱਜ ਇਹ ਕਿਉਂਕਿ ਬੜੇ ਔਖੇ ਇਕੱਠੇ ਕਰਿਆ ਇਹ ਬੁੱਢੀ ਜੀਬ ਇਹ ਇਹਨਾਂ ਦਾ ਇੱਕ ਆਪਣਾ ਆਪਣੀ ਮੜਕ ਹੈ ਇਨਾਂ ਨੂੰ ਇੱਥੇ ਲਿਆਉਣਾ ਵੀ ਮਨਨ ਸਾਡੀ ਪ੍ਰਾਪਤੀ ਹੈ ਇਹ ਇਹ ਵਿਦਵਾਨ ਲੋਕ ਹੈ ਮੈਂ ਤਾਂ ਆਪਣੇ ਆਪ ਨੂੰ ਮੈਂ ਤਾਂ ਫਖਰ ਮਹਿਸੂਸ ਕਰਦਾ ਕਿ ਇਹਨਾਂ ਨੇ ਸਾਨੂੰ ਬਿਠਾਇਆ ਸਾਡੀ ਏਡੀ ਮੇਰੀ ਮੈਂ ਤਾਂ ਪਰਸਲੀ ਕਹਾਂਗਾ ਮੇਰੀ ਤਾਕਤ ਨਹੀਂ ਕਿ ਏਡੇ ਬਜ਼ੁਰਗ ਜਿਹੜੇ ਸਾਡੇ ਧਾਰਮਿਕ ਪੱਧਰ ਤੇ ਏਡੇ ਵੱਡੇ ਸਾਡੇ ਜਿਹੜੇ ਵਿਦਵਾਨ ਆ ਸਾਡੇ ਚ ਬੈਠੇ ਸੋ ਬੇਨਤੀ ਹੈ ਕਿ ਆਪਾਂ ਪੰਜਾਬ ਦੀਆਂ ਗੱਲਾਂ ਕਰੀਏ ਜੂਜ ਦਾ ਪੰਜਾਬ ਤੋਂ ਪਹਿਲਾਂ ਜੂਜਨਾ ਤਾਂ ਇੱਕ ਗੁਰੂ ਸਾਹਿਬ ਦੇ ਦੋਹਰੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਗੱਲ ਕਿ ਦੇ ਸ਼ਿਵਾ ਵਰ ਮੋਹੇ ਸ਼ੁਭ ਕਰਮਨ ਸੇ ਕਬੂ ਨ ਟਰੂ ਨ ਡਰੂ ਅਰਸੋਂ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ ਜਿੱਤ ਕਰੋ ਸਾਡਾ ਜਿਹੜਾ ਖਿੱਤਾ ਹੈ ਜਾਂ ਕੌਮ ਹੈ ਇਹ ਨਿਸ਼ਚੈ ਕਰਦੀ ਫਲਸਫੇ ਚੋਂ ਨਿਕਲਦੀ ਹੈ ਅਸੀਂ ਨਿਸ਼ਚੈ ਕਰਦੇ ਆਂ ਤੇ ਫਿਰ ਜਿੱਤ ਹਾਸਲ ਕਰਦੇ ਆਂ ਔਰ ਇਹਦਾ ਸਬੂਤ ਤੁਹਾਨੂੰ ਆ ਕਿਸਾਨ ਅੰਦੋਲਨ ਚ ਮਿਲ ਗਿਆ ਇੱਕ ਅਜਿਹੀ ਜਿੱਤ ਜਿਹੜੀ ਕੇ ਇਸ ਦੇਸ਼ ਚ ਸਾਡੇ ਸੂਬੇ 'ਚ ਬੜੇ ਅਰਸੇ ਬਾਅਦ ਹੋਈ ਹੈ ਇਸ ਫਲਸਫੇ ਦੀ ਦੇਣ ਹੈ ਕਿ ਅਸੀਂ ਜਿੱਤੇ ਬਟ ਜਿਹੜੀ ਜਿੱਤਨ ਨਾਲ ਹਾਸਲ ਹੋਇਆ ਉਸ ਤੋਂ ਵੀ ਅਹਿਮ ਸਾਨੂੰ ਹਾਸਲ ਹੋਇਆ ਬੋਨਸ ਦੇ ਵਿੱਚ ਪੋਜ਼ਿਟਿਵਿਟੀ ਆਈ ਹੈ ਜਿਹੜੀ ਇੱਕ ਲੋਕਾਂ 'ਚ ਸੋਚਣ ਦਾ ਮੁੱਦਾ ਆਇਆ ਅਸੀਂ ਉਹਨਾਂ ਮੁੱਦਿਆਂ ਤੇ ਗੱਲ ਕਰਨੀਆਂ ਸ਼ੁਰੂ ਕਰ ਲੀਆਂ ਜਿਨ੍ਹਾਂ ਤੇ ਨਹੀਂ ਕਰਦੇ ਸੀ ਗੱਡੀਆਂ ਹਥਿਆਰ ਜਾਂ ਕੁਝ ਇਧਰਲੇ ਫਸਾ ਸਾਡੇ ਯੰਗਸਟਰ ਲੱਗੇ ਹੋਏ ਸੀ ਲੌਕ ਡਾਟਾ ਪਿੰਡਾਂ ਚ ਇਹਨੂੰ ਸੋਚ ਕੇ ਅਸੀਂ ਵੋਟਾਂ ਪਾਉਂਦੇ ਸੀ ਅੱਜ ਸਾਡੇ ਮਨਿਸਟਰਾਂ ਨੂੰ ਐਮ ਐਲ ਏ ਨੂੰ ਲੀਡਰਾਂ ਨੂੰ ਭੱਜੜਾਂ ਪਈਆਂ ਹੋਈਆਂ ਨੇ ਕਿ ਸਾਡੇ ਮੁੰਡਿਆਂ ਨੇ ਪੁੱਛਣਾ ਸ਼ੁਰੂ ਕਰਤਾ ਹੈ ਇਹ ਪੋਜ਼ਿਟਿਵਿਟੀ ਹੈ ਅੱਜ ਅਸੀਂ ਇਹ ਸਾਰਾ ਕੁਝ ਕਿਉਂ ਕਰ ਰਹੇ ਹਾਂ ਇਹ ਵੀ ਇੱਕ ਬਰੀਫ ਜੀ ਇੰਟਰੋਡਕਸ਼ਨ ਦੇ ਕੇ ਫਿਰ ਅਸੀਂ ਤੁਹਾਡੇ ਸਵਾਲਾਂ ਤੇ ਜਾਵਾਂਗੇ ਕਾਂਗਰਸ ਚਲੀ ਗਈ ਐਨ ਡੀ ਆ ਚਲੇ ਆ ਗਿਆ ਯੂ ਪੀ ਆ ਚਲੇ ਆ ਗਿਆ ਐਨ ਡੀ ਆ ਆ ਗਿਆ ਬੀ ਜੇ ਪੀ ਆ ਗਈ ਔਲਸੀਆਂ ਉਹੀ ਰਹੀਆਂ ਆਹੀ ਕਿਸਾਨ ਜਿਹੜੇ ਬਿੱਲ ਆਏ ਸੀ ਇਹ ਸ਼ਾਇਦ ਉਹਨਾਂ ਨੇ ਵੀ ਲੈ ਕੇ ਆਉਣੇ ਸੀ ਬਾਅਦ ਚੇ ਲੈ ਆਏ ਬੰਦੇ ਬਦਲ ਨਾਲ ਪਾਰਟੀਆਂ ਬਦਲ ਨਾਲ ਦੇਸ਼ਾਂ ਦੀ ਜਾਂ ਪ੍ਰਦੇਸ਼ਾਂ ਦੀਆਂ ਤਕਦੀਰਾਂ ਨਹੀਂ ਬਦਲਦੀਆਂ ਇਹ ਉਦੋਂ ਬਦਲਦੀਆਂ ਨੇ ਜਦੋਂ ਅਜੰਡੇ ਬਦਲੇ ਜਾਣ ਔਲਸੀਆਂ ਬਦਲੀਆਂ ਜਾਣ ਸਾਡਾ ਸਾਰਿਆਂ ਦਾ ਇਕੱਠੇ ਹੋਣ ਦਾ ਰੀਜ਼ਨ ਹੀ ਆ ਹੈ ਅੱਜ ਤੁਹਾਡੇ ਸਾਹਮਣੇ ਆਉਣ ਦਾ ਰੀਜ਼ਨ ਵੀ ਆ ਹੈ ਸਾਡੇ ਚੋ ਕਿਸੇ ਦੀ ਕੋਈ ਪੋਲਿਟੀਕਲ ਭੁੱਖ ਨਹੀਂ ਨਾ ਸੀ ਕਿਸੇ ਪੋਲਿਟਿਕਸ ਚ ਜਾਣਾ ਹੈ ਬਟ ਅਸੀਂ ਪੋਲਿਟਿਕਸ ਨੂੰ ਪ੍ਰਭਾਵਿਤ ਕਰਨਾ ਹੈ ਕੋਈ ਮੈਡੀਸਨ ਨਹੀਂ ਮਿਲ ਰਹੀ ਸਰਕਾਰੀ ਹਸਪਤਾਲ ਬੰਦ ਹੋ ਗਏ ਨੇ ਪ੍ਰਾਈਵੇਟ ਸਕੂਲਾਂ ਚ ਦਾਖਲੇ ਵਧੇ ਹੋਏ ਨੇ 85% ਸਾਡੇ ਬੱਚੇ ਦਾਖਲਾ ਪ੍ਰਾਈਵੇਟ ਸਕੂਲਾਂ ਚ ਹੈ ਤਾਂ ਫਿਰ ਸਾਡੇ ਜਿਹੜੇ ਟੀਚਰ ਨੇ ਸਾਡੇ ਜਿਹੜੇ ਸਕੂਲ ਨੇ ਉਨਾਂ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਕਿਹਦੀ ਹੈ? ਭਾਜਪਾ ਦੇ ਲੀਡਰ ਹਜਜੀਤ ਗਰੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੂਬ ਤਾਰੀਫ ਕੀਤੀ। ਕਹਿੰਦੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੀਡਰ ਹੈ ਉਹ ਸਾਡੇ ਕੋਲ ਹੈ। ਯਾਨੀ ਕਿ ਦੁਨੀਆ ਦਾ ਸਭ ਤੋਂ ਵੱਡਾ ਲੀਡਰ ਹੀ ਸਾਡੇ ਕੋਲ ਹੈ। ਪਾਰਟੀ ਸਾਡੀ ਸਭ ਤੋਂ ਮੂਰੇ ਜਾਏਗੀ। ਪੰਜਾਬ ਦੇ ਵਿੱਚ ਅਸੀਂ ਆਪਣੀ ਸਰਕਾਰ ਲੈ ਕੇ ਆਵਾਂਗੇ। ਕਹਿੰਦੇ ਕਿਸਾਨੀ ਅੰਦੋਲਨ ਸਿਰਫ ਜਥੇਬੰਦਕ ਅੰਦੋਲਨ ਸੀ। ਅੰਦੋਲਨ ਦੇ ਸਮੇਂ ਵੀ ਅਸੀਂ ਬਹੁਤ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਨੇ। ਕੈਪਟਨ ਸਾਹਿਬ ਦੇ ਵਿਚਾਰਧਾਰਾ ਦੇ ਨਾਲ ਜੇ ਸਾਡਾ ਮੇਲ ਹੋਇਆ ਤਾਂ ਅਸੀਂ ਗੱਠ ਜੋੜ ਜ਼ਰੂਰ ਕਰਾਂਗੇ। ਨਵਜ ਕਾਂਗਰਸ ਮੁਕਤ ਪੰਜਾਬ ਬਣਾਉਣ ਦਾ ਕੰਮ ਕਰ ਰਿਹਾ ਹੈ ਪੰਜਾਬ ਦੇ ਵਿੱਚ 75 25 ਦੀ ਲੜਾਈ ਚੱਲ ਰਹੀ ਹੈ ਜਿਸ ਨੂੰ ਭਾਜਪਾ ਖਤਮ ਕਰੇਗੀ ਕਾਂਗਰਸ ਤੇ ਬਾਕੀ ਪਾਰਟੀਆਂ ਸਿਰਫ ਐਲਾਨ ਕਰ ਰਹੀਆਂ ਕੰਮ ਨਹੀਂ ਕਰ ਰਹੀਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਬਹਾਵ ਚਿੰਤਿਤ ਦਿਸਦੀ ਹੈ ਪਹਿਲਾਂ ਪੰਜਾਬ ਪੁਲਿਸ ਨੇ ਪੰਜਾਬ ਦੇ ਮੁਲਾਜ਼ਮਾਂ ਦੀ ਆਵਾਜ਼ ਬੰਦ ਕਰਨ ਲਈ ਮੁੱਖ ਮੰਤਰੀ ਦੀਆਂ ਰੈਲੀਆਂ ਦੇ ਰਾਹ ਵਿੱਚ ਡੀਜੇ ਲਾਉਣ ਦਾ ਫੈਸਲਾ ਲਿਆ ਸੀ ਹਾਲਾਂਕਿ ਕਿਰਕਰੀ ਹੋਣ ਤੋਂ ਬਾਅਦ ਵਾਪਸ ਲੈ ਲਿਆ ਸੀ ਪਰ ਹੁਣ ਇੱਕ ਹੋਰ ਨਵਾਂ ਹੁਕਮ ਛਾੜ ਦਿੱਤਾ ਹੈ ਵਧੀਕ ਡਾਇਰੈਕਟਰ ਜਨਰਲ ਪੁਲਿਸ ਐਂਡ ਪੁਲਿਸ ਦੇ ਲਾ ਐਂਡ ਆਰਡਰ ਦੇ ਵੱਲੋਂ ਜ਼ਿਲ੍ਹਾ ਮੁਖੀਆਂ ਨੂੰ ਭੇਜੀ ਗਈ ਹੈ ਚਿੱਠੀ ਜਿਦੇ ਵਿੱਚ ਲਿਖਿਆ ਗਿਆ ਕਿ ਹਰੇਕ ਕਮਿਸ਼ਨਰੇਟ ਸਮੇਤ ਇੱਕ ਗੈਜ਼ਟਡ ਆਫੀਸਰ ਦੀ ਨਿਗਰਾਨੀ ਵਿੱਚ ਐਮਰਜੈਂਸੀ ਹਾਲਾਤਾਂ ਨਾਲ ਨੇ ਜਿੱਠਣ ਲਈ ਪੁਲਿਸ ਫੋਰਸ ਦੀਆਂ ਰਿਜ਼ਰਵ ਟੁਕੜੀਆਂ ਬਣਾਈਆਂ ਜਾਣ ਇਸ ਫੋਰਸ ਇਸ ਫੋਰਸ ਦੇ ਕੋਲ ਐਮਰਜੈਂਟ ਕਾਨੂੰਨ ਵਿਵਸਥਾ ਲਈ ਲੋੜਿੰਦੇ ਵਾਹਨ ਸਾਜੋ ਸਮਾਨ ਕੇਨ ਸ਼ੀਲਡਾਂ ਲਾਠੀਆਂ ਤੇ ਡੰਡੇ ਤਿਆਰਬਰ ਤਿਆਰ ਹੋਣੇ ਚਾਹੀਦੇ ਨੇ ਨਵੀਂ ਬਣਾਈ ਜਾਣ ਵਾਲੀ ਫੋਰਸ ਨੂੰ ਰਾਤ ਜਾਂ ਦਿਨ ਦੇ ਕਿਸੇ ਵੀ ਵੇਲੇ ਡੀਜੀਪੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਡਿਊਟੀ ਦੇ ਵਿੱਚ ਕਿਸੇ ਵਕਤ ਵੀ ਤੈਨਾਤ ਇਹਨਾਂ ਨੂੰ ਕੀਤਾ ਜਾ ਸਕਦਾ ਹੈ ਤੇ ਮੁੱਖ ਮੰਤਰੀ ਦੇ ਸੁਰੱਖਿਆ ਦੇ ਲਈ ਇਹ ਖਾਸ ਟੀਮਾਂ ਜਿਹੜੀਆਂ ਨੇ ਉਹ ਗਠਿਤ ਕੀਤੀਆਂ ਜਾਣਗੀਆਂ ਇਹਨਾਂ ਦੇ ਵਿੱਚ 100 150 50 ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਸ਼ਾਮਿਲ ਹੋਣਗੇ ਯਾਨੀ ਕਿ ਮੁੱਖ ਮੰਤਰੀ ਚੰਨੀ ਦਾ ਵਿਰੋਧ ਕਰਨ ਵਾਲੇ ਮੁਲਾਜ਼ਮਾਂ ਨੂੰ ਕੁੱਟਣ ਦੇ ਵਾਸਤੇ ਹੁਣ ਪੰਜਾਬ ਪੁਲਿਸ ਨੇ ਇਹ ਨਵਾਂ ਪੈਂਤਰਾ ਘੜ ਲਿਆ ਤੇ ਇਸ ਦੀ ਮਿਸਾਲ ਹਾਲ ਜਿਹੜੀ ਉਹ ਸੰਗਰੂਰ ਤੋਂ ਮਿਲਵੀ ਗਈ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੰਗਰੂਰ ਫੇਰੀ ਦੌਰਾਨ ਪਿੰਡ ਦੇ ਕਲਾਂ ਤੇ ਕਾਬਦਾ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਇਸ ਦਰਮਿਆਨ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਤੇ ਟੈਟ ਪਾਸ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੇ ਸੀਐਮ ਚੰਨੀ ਦਾ ਵਿਰੋਧ ਕੀਤਾ ਪਰ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਦੇ ਨਾਲ ਇੱਥੇ ਤੱਕਾ ਮੁੱਕੀ ਮੁਰ ਤੋਂ ਹੋਈ ਇੱਕ ਦੋ ਬੇਰੁਜ਼ਗਾਰ ਅਧਿਆਪਕਾਂ ਦੀਆਂ ਦਸਤਾਰਾਂ ਵੀ ਲੱਤ ਗਈਆਂ ਪੁਲਿਸ ਨੇ ਮੁੱਖ ਮੰਤਰੀ ਖਿਲਾਫ ਨਾਰੇਬਾਜ਼ੀ ਕਰ ਰਹੇ ਸੈਂਕੜੇ ਬੇਰੁਜ਼ਗਾਰ ਅਧਿਆਪਕਾਂ ਨੂੰ ਹਰਾਸਤ ਵਿੱਚ ਲਿਆ ਜਿਨ੍ਹਾਂ ਦੇ ਵਿੱਚ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਵੀ ਸ਼ਾਮਲ ਸਨ ਪਿੰਡ ਦੇ ਕਲਾਂ ਦੇ ਵਿੱਚ ਸੀਮਿੰਟ ਫੈਕਟਰੀ ਦਾ ਨੀ ਪੱਥਰ ਰੱਖਣਾ ਪਹੁੰਚੇ ਸੀ ਮੁੱਖ ਮੰਤਰੀ ਤਾਂ ਰੈਲੀ ਦੌਰਾਨ ਬੇਰੁਜ਼ਗਾਰ ਬੀਐਡ ਅਧਿਆਪਕ ਪੁਲਿਸ ਨੂੰ ਚੱਕਮਾ ਦੇ ਕੇ ਪੰਡਾਲ ਚ ਦਾਖਲ ਹੋ ਗਏ ਸੀ ਪਿੰਡ ਕ ਪੈਂਦਿਆਂ ਹੀ ਪੁਲਿਸ ਨੇ ਫਿਰ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਪੰਡ ਤੇ ਪਛਾਣ ਪਛਾਣ ਕੇ ਇਹਨਾਂ ਨੂੰ ਕੱਢਿਆ ਤੇ ਹਿਰਾਸਤ ਦੇ ਵਿੱਚ ਲੈ ਲਿਆ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਬਣੇ ਹੋਏ ਨੇ ਜਿੰਨਾ ਪੁਲਿਸ ਇਹਨਾਂ ਮੁਲਾਜ਼ਮਾਂ ਨੂੰ ਡੱਕਣ ਦੀ ਕੋਸ਼ਿਸ਼ ਕਰਦੀ ਹੈ ਉਨਾ ਹੀ ਇਹ ਸੀਐਮ ਚੰਨੀ ਦਾ ਵਿਰੋਧ ਕਰਨ ਦੇ ਲਈ ਨਿਕਲ ਆਉਂਦੇ ਨੇ ਫਗਵਾੜਾ ਤੋਂ ਖਬਰ ਹੈ ਜਿੱਥੇ ਪਿੰਡ ਪੁੱਲਾ ਰਾਈ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੇ ਛਾਪੇਮਾਰੀ ਦੌਰਾਨ ਨਸ਼ੇ ਦੀ ਤਸਕਰੀ ਤੇ ਡਰੱਗ ਮੰਨੀ ਦੇ ਮਾਮਲੇ ਵਿੱਚ 5 ਜਣਿਆਂ ਨੂੰ ਕਾਬੂ ਕੀਤਾ ਐਸਐਸਪੀ ਹਰਕਮਨ ਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੜਕਸਾਰ ਰੇਡ ਕੀਤੀ ਤੇ ਪੁਲਿਸ ਨੂੰ ਅਹਿਮ ਪ੍ਰਾਪਤੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਸਥਾਪਨਾ ਦੇ 100 ਵਰੇ ਪੂਰੇ ਹੋਣ ਤੇ ਮੋਗਾ ਦੇ ਪਿੰਡ ਕਿੱਲੀ ਚੈਲਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਤੇ ਇਸ ਰੈਲੀ ਨੂੰ ਵਿਕਾਸ ਅਤੇ ਸ਼ਾਂਤੀ ਫਿਰਕੂ ਸਦ ਭਾਵਨਾ ਰੈਲੀ ਦੱਸਿਆ ਇਹਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੋਏ 14 ਦਸੰਬਰ 1920 ਨੂੰ ਹੋਂਦ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਤੇ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਤੋਂ ਪਹਿਲਾਂ ਜਾਰੀ ਬਿਆਨ ਦੇ ਵਿੱਚ ਕਿਹਾ ਸੀ ਕਿ ਮੋਗਾ ਦੀ ਰੈਲੀ ਪੰਜਾਬ ਦੇ ਸਰਪੱਖੀ ਵਿਕਾਸ ਸ਼ਾਂਤੀ ਫਿਰਕੂ ਸੰਤ ਭਾਵਨਾ ਦੇ ਦੌਰ ਦੀ ਸ਼ੁਰੂਆਤ ਦਾ ਮੋੜ ਬਣੇਗੀ ਇਸ ਮੌਕੇ ਹਰਸਿਮਰਤ ਕੌਰ ਬਾਦਲ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਸਾਰੇ ਜਿਹੜੇ ਵੱਡੇ ਲੀਡਰ ਨੇ ਉਹ ਮੌਜੂਦ ਸਨ ਤੇ ਇਹ ਵੀ ਦੱਸ ਦਈਏ ਕਿ 100 ਵਰੇ ਪੂਰੇ ਹੋਣ ਤੇ ਪਾਰਟੀ ਦੇ ਕੋਲ ਵੱਡੇ ਲੀਡਰ ਨੇ ਜਿਹੜੇ ਉਹਨਾਂ ਦੇ ਚਿਹਰੇ ਬਹੁਤ ਹੀ ਘੱਟ ਰਹਿ ਗਏ ਨੇ ਗਿਣਵੇਂ ਚੁਣਵੇਂ ਰਹਿ ਗਏ ਨੇ ਬਲਵਿੰਦਰ ਸਿੰਘ ਭੁੰਦੜ ਵੀ ਪਹੁੰਚੇ ਹੋਏ ਸੀ ਤੇ ਬਲਵਿੰਦਰ ਸਿੰਘ ਭੁੰਦੜ ਦੇ ਹਲਕੇ ਦੇ ਲੋਕ ਨੇ ਜਿਹੜੇ ਉਹ ਮੰਨਦੇ ਨੇ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਖੱਬੀ ਬਾ ਇਹਨਾਂ ਨੂੰ ਮੰਨਿਆ ਜਾਂਦਾ ਬਲਵਿੰਦਰ ਸਿੰਘ ਭੁੰਦਰ ਨੂੰ ਕਿ ਇਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਕਈ ਸਲਾਹਾਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੋਣਾ ਸ਼ੁਰੂ ਹੋਇਆ ਸੀ ਖੈਰ ਸੁਬੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਹਰ ਕੋਈ ਗਰੀਬ ਗਰੀਬਾਂ ਦੀ ਤੇ ਕਿਸਾਨਾਂ ਦੀ ਪਾਰਟੀ ਕਹਿੰਦਾ ਤੇ ਅਕਾਲੀ ਦਲ ਨੇ ਪੰਜਾਬ ਲਈ ਸ਼ਹਾਦਤਾਂ ਦਿੱਤੀਆਂ ਨੇ ਅਕਾਲੀ ਦਲ ਆਜ਼ਾਦੀ ਤੋਂ ਪਹਿਲਾਂ ਵੀ ਪੰਜਾਬ ਲਈ ਲੜਿਆ ਜੇ ਅੱਜ ਗਰੀਬ ਨੂੰ ਆਟਾ ਦਾਲ ਮਿਲ ਰਿਹਾ ਹੈ ਤਾਂ ਉਹ ਅਕਾਲੀ ਦਲ ਕਰਕੇ ਹੀ ਮਿਲ ਰਿਹਾ ਹੈ ਪੰਜਾਬ ਤਰੱਕੀ ਤਾਂ ਹੀ ਕਰੂ ਜੇ ਪੰਜਾਬ 'ਚ ਅਮਨ ਸ਼ਾਂਤੀ ਰਹੂ 13 ਨੁਕਤੀ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਕਿ ਅਸੀਂ 13 ਨੁਕਤੀ ਪ੍ਰੋਗਰਾਮ ਲੈ ਕੇ ਆਏ ਆ ਪੰਜਾਬ 'ਚ ਜੋ ਸਾਡੀ ਸਰਕਾਰ ਬਣੂਗੀ ਅਕਾਲੀਆਂ ਤੇ ਬਸਪਾ ਦੀ ਤਾਂ ਅਸੀਂ ਸਾਰੇ ਪਰਿਵਾਰਾਂ ਲਈ ਬਿਜਲੀ ਦੀਆਂ 400 ਯੂਨਿਟਾਂ ਮੁਫਤ ਦੇਵਾਂਗੇ ਕਰੀਬ 80% ਲੋਕਾਂ ਨੂੰ ਫਾਇਦਾ ਹੋਏਗਾ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਕਰਵਾਵਾਂਗੇ ਫਸਲ ਖਰਾਬ ਹੋਣ ਤੇ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੇਗਾ ਜਿੰਨੇ ਵੀ ਧਾਰਮਿਕ ਸਥਾਨ ਗੁਰਦੁਆਰਾ ਗਿਰਜਾ ਘਰ ਚਰਚ ਇਥੇ ਮੁਫਤ ਬਿਜਲੀ ਦੇਵਾਂਗੇ 2004 ਤੋਂ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਵੀ ਲਾਗੂ ਕਰਾਂਗੇ ਪੰਜਾਬ ਚ ਸ਼ਰਾਬ ਮਾਫੀਆ ਖਤਮ ਕਰਨ ਵਾਸਤੇ ਸਰਕਾਰੀ ਕਾਰਪੋਰੇਸ਼ਨ ਬਣਾਵਾਂਗੇ ਇੱਕ ਦੁਕਾਨ ਇੱਕ ਠੇਕੇਦਾਰ ਨੂੰ ਹੀ ਦਿੱਤੀ ਜਾਵੇਗੀ ਜਿਹੜਾ ਨੌਜਵਾਨ ਬੱਚਾ ਬੱਚੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਹੈ ਉਸ ਨੂੰ 5 ਲੱਖ ਰੁਪਏ ਤੱਕ ਦਾ ਅਸੀਂ ਲੋਨ ਦੇਵਾਂਗੇ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਬਣਾਵਾਂਗੇ ਪ੍ਰੀਮੀਅਮ ਪੰਜਾਬ ਸਰਕਾਰ ਪਰੂਗੀ ਪੰਜਾਬ ਦੇ ਸਾਰੇ ਕਾਲਜਾਂ ਦੇ ਵਿੱਚ 33% ਸੀਟਾਂ ਸਰਕਾਰੀ ਸਕੂਲਾਂ ਦੇ ਪੜੇ ਬੱਚਿਆਂ ਦੀਆਂ ਰਾਖਵੀਆਂ ਰੱਖੀਆਂ ਜਾਣਗੀਆਂ ਛੋਟੇ ਵਪਾਰੀਆਂ ਲਈ 10 ਲੱਖ ਰੁਪਏ ਦੀ ਜਾਨ ਦਾ ਬੀਮਾ ਕਰਵਾਇਆ ਜਾਵੇਗਾ ਨਾਲ ਹੀ ਉਹਨਾਂ ਦੀ ਦੁਕਾਨ ਦਾ ਬੀਮਾ ਵੀ ਹੋਵੇਗਾ ਜੇ ਸਰਕਾਰ ਬਣੀ ਤਾਂ ਪੰਜਾਬ ਦੇ ਗਰੀਬ ਵਿਦਿਆਰਥੀ ਜਿਹੜੇ ਕਿ ਕਿਸੇ ਕਾਰਨ ਕਰਕੇ ਫੀਸ ਭਰਨ ਤੋਂ ਅਸਮਰਥ ਨੇ ਉਹਨਾਂ ਲਈ ਅਸੀਂ ਸਟੂਡੈਂਟ ਕਾਰਡ ਬਣਾਵਾਂਗੇ ਸਿੱਧੀ ਫੀਸ ਉਹਨਾਂ ਦੇ ਕਾਲਜ ਦੇ ਵਿੱਚ ਚਲੀ ਜਾਵੇਗੀ ਜਦੋਂ ਵਿਦਿਆਰਥੀ ਨੌਕਰੀ ਲੱਗ ਜਾਊਗਾ ਤਾਂ 15 ਸਾਲਾਂ ਵਿੱਚ ਉਹ ਸਰਕਾਰ ਦੇ ਪੈਸੇ ਮੋੜ ਸਕਦਾ ਹੈ ਅਤੇ ਕੋਈ ਵਿਆਜ ਨਹੀਂ ਲੱਗੂਗਾ ਸੋ ਸੁਖਬੀਰ ਬਾਦਲ ਨੇ ਕਿਹਾ ਕਿ ਸੌਆਂ ਖਾਣ ਵਾਲੇ ਹੀ ਠੱਗੀਆਂ ਮਾਰਦੇ ਨੇ ਅਸੀਂ ਸੌਆਂ ਖਾ ਕੇ ਜਾਂ ਫਾਰਮ ਪਰ ਕੇ ਵਾਦੇ ਨਹੀਂ ਕਰਦੇ ਪ੍ਰਕਾਸ਼ ਸਿੰਘ ਬਾਦਲ ਦੇਸ਼ ਵਿੱਚ ਕਿਸਾਨਾਂ ਦੇ ਕੁਝ 94 ਕਿਸਾਨ ਲੀਡਰਾਂ ਦੇ ਵਿੱਚੋਂ ਇੱਕ ਹਨ ਯਾਨੀ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨ ਲੀਡਰ ਦੱਸਿਆ ਹੈ ਪ੍ਰਕਾਸ਼ ਸਿੰਘ ਬਾਦਲ ਕੀ ਬੋਲੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਲੋਕ ਮਾਫ ਨਹੀਂ ਕਰਨਗੇ ਉਹਨਾਂ ਨੇ ਆਪਣੇ ਗੱਲ ਦੀ ਸ਼ੁਰੂਆਤ ਕਾਂਗਰਸ ਸਰਕਾਰ ਵੱਲੋਂ ਕੀਤੇ ਜਾਂਦੇ ਅਤਿਆਚਾਰ ਦੇ ਨਾਲ ਹੀ ਸ਼ੁਰੂ ਕੀਤੀ ਉਹਨਾਂ ਕਹਿੰਦੇ ਕਿ ਕਾਂਗਰਸ ਤੋਂ ਪਹਿਲਾਂ ਮੁਗਲ ਤੇ ਅੰਗਰੇਜ਼ ਵੀ ਸਿੱਖਾਂ ਤੇ ਜ਼ਬਰ ਜ਼ੁਲਮ ਟਾਉਂਦੇ ਰਹੇ ਨੇ ਅਕਾਲੀ ਦਲ ਨੇ 100 ਸਾਲ ਪਹਿਲਾਂ ਗੁਰਤਾਮਾ ਦੀ ਆਜ਼ਾਦੀ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਪਰ ਹੁਣ ਦੂਜੀਆਂ ਸਿਆਸੀ ਪਾਰਟੀਆਂ ਵੀ ਸਿੱਖ ਗੁਰਤਾਮਾ ਤੇ ਕਬਜ਼ਾ ਕਰਨ ਦੀ ਤਾਕ ਵਿੱਚ ਨੇ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਸੁਪਰੀਮੋ ਕਾਸ਼ੀ ਰਾਮ ਦੇ ਨਾਲ ਰਲ ਕੇ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਹੁੰਝਾ ਫੇਰ ਜਿੱਤ ਕੀਤੀ ਸੀ ਉਹਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਾਰੀ ਇਤਿਹਾਸ ਫੇਰ ਦੁਹਰਾਇਆ ਜਾਵੇਗਾ ਇਸ ਵਾਰ ਚੋਣਾਂ ਦੇ ਨਤੀਜੇ ਹੈਰਾਨੀ ਜਨਕ ਹੋਣਗੇ ਹਾਲਾਂਕਿ ਅਕਾਲੀ ਦਲ ਦੀ ਤਿੰਨ ਸਰਕਾਰਾਂ ਦੇ ਨਾਲ ਟੱਕਰ ਹੈ ਆਪਣੇ ਭਾਸ਼ਣ ਦੇ ਅੰਤ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਵੀ ਜਿੱਤ ਦੀ ਵਧਾਈ ਦਿੱਤੀ ਦੇਖੋ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਜਿਹੜੀਆਂ ਪਾਰਟੀਆਂ ਛੋਟੀਆਂ ਦੁਸ਼ਮਣ ਪਾਰਟੀਆਂ ਜਿਵੇਂ ਕਾਂਗਰਸ ਹੈ ਕਾਂਗਰਸ ਦਾ ਅਦਾਜ਼ ਦੇਖ ਲਓ ਕੀ ਕੁਛ ਕੀਤਾ ਉਹਨਾਂ ਨੇ ਹਰਮੰਦਰ ਸਾਹਿਬ ਵਰਗੀ ਜਗ੍ਹਾ ਤੇ ਹਮਲਾ ਕੀਤਾ ਦਰਬਾਰ ਸਾਹਿਬ ਦੇ ਵਾਰੰਗ ਕੀਤੀ ਔਰ ਇਸ ਤਰ੍ਹਾਂ ਹੀ ਉਹਨਾਂ ਨੇ 84 ਦੇ ਕਤਲਾਮ ਕੀਤੇ ਇਹ ਜੀ ਪਾਰਟੀਆਂ ਨੂੰ ਆਪਾਂ ਕਦੇ ਕੋਈ ਸਮਾ ਦੇ ਸਕਦੇ ਆ ਕਿ ਉਹ ਸਾਡੇ ਤੇ ਰਾਜ ਕਰਨ ਇਸ ਕਰਕੇ ਭਰਾਓ ਤੁਸੀਂ ਬੜੇ ਸਮਝਦਾਰ ਲੋਕ ਹੋ ਸਾਰੀ ਗੱਲ ਨੂੰ ਬੜਾ ਸਮਝਦੇ ਹੋ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਮੇਰੀ ਜੋ ਵੀ ਡਿਊਟੀ ਪਾਰਟੀ ਲਾਏਗੀ ਮੈਂ ਉਹ ਹਰ ਤਰ੍ਹਾਂ ਨਾਲ ਅੱਗੇ ਵੀ ਪਾਰਟੀ ਦਾ ਹੁਕਮ ਮੰਨ ਕੇ ਜੋ ਵੀ ਸਮੇਂ ਦੇ ਪ੍ਰਧਾਨ ਹੁੰਦੇ ਸਨ ਉਹਨਾਂ ਦਾ ਹੁਕਮ ਮੰਨ ਕੇ ਉਹ ਸੇਵਾ ਨਿਭਾਉਂਦਾ ਰਿਹਾ ਭੋਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਅਗਲੀ ਸਰਕਾਰ ਅਕਾਲੀ ਬਸਪਾ ਗੱਠਜੋੜ ਦੀ ਬਣੇਗੀ ਤੇ ਛੇਤੀ ਹੀ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਅਸੀਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਾਂਗੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ਤੇ ਪਾਰਟੀ ਨੂੰ ਵਧਾਈ ਵੀ ਦਿੱਤੀ ਕਿਹਾ ਕਿ ਬਹੁਤ ਘੱਟ ਦੇਸ਼ ਦੇ ਵਿੱਚ ਅਜਈਆਂ ਪਾਰਟੀਆਂ ਨੇ ਜਿਨ੍ਹਾਂ ਨੇ 100 ਸਾਲਾਂ ਤੋਂ ਵੱਧ ਸਮੇਂ ਤੱਕ ਲੋਕਾਂ ਦੀ ਸੇਵਾ ਕੀਤੀ ਹੋਵੇ ਜੋ ਸ਼ਰਮਣੀ ਅਕਾਲੀ ਦਲ ਬਰੇ ਗੰਢ ਮਨਾ ਰਿਹਾ ਸੀ ਤਾਂ ਉਸ ਵਕਤ ਪੰਜਾਬ 'ਚ ਅਕਾਲੀ ਦਲ ਦੇ ਲਗਭਗ ਸਾਰੇ ਵੱਡੇ ਲੀਡਰਾਂ ਖਿਲਾਫ ਵੱਖ-ਵੱਖ ਅਦਾਲਤਾਂ ਵਿੱਚ ਕੇਸ ਚੱਲ ਰਹੇ ਨੇ 8 ਦਸੰਬਰ 2017 ਨੂੰ ਪੂਰੇ ਪੰਜਾਬ ਵਿੱਚ ਟ੍ਰੈਫਿਕ ਜਾਮ ਕਰਨ ਕਰਕੇ ਅਕਾਲੀ ਦਲ ਦੇ ਪ੍ਰਮੁੱਖ ਲੀਡਰਾਂ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਕੀਤੇ ਗਏ ਨੇ RTI ਐਕਟੀਵਿਸਟ ਪਰਮਿੰਦਰ ਸਿੰਘ ਕਿਤਣਾ ਦੇ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਤੋਂ ਇਹ ਸੂਚਨਾ ਮੰਗੀ ਗਈ ਸੀ ਕਿ ਪੁਲਿਸ ਨੇ ਮੁਕਦਮੇ ਦਰਜ ਹੋਣ ਤੋਂ ਬਾਅਦ ਕਾਰਵਾਈ ਕੀ ਕੀਤੀ ਹੈ ਪਰ ਹਰ ਵਾਰੀ ਪੁਲਿਸ ਇਹ ਲਿਖ ਕੇ ਦੇ ਦਿੰਦੀ ਹੈ ਕਿ ਪੁਲਿਸ ਮੁਲਜ਼ਮਾ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਜਾਂ ਹਾਲੇ ਜਾਂਚ ਚੱਲ ਰਹੀ ਹੈ ਸੋ ਅਹਿਮ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਜਦੋਂ ਆਪਣੀ ਜਿਹੜੀ ਵਰੇਗੰਡ ਮਨਾ ਰਿਹਾ ਹੈ ਸੌਵੀਂ ਵਰੇਗੰਡ ਤਾਂ ਉਸ ਵਕਤ ਅਕਾਲੀ ਲੀਡਰਾਂ ਦੇ ਖਿਲਾਫ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਤੇ ਇਸੇ ਦਰਮਿਆਨ ਕਪੂਰਥਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਵੀ ਲੱਗਿਆ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਤੇ ਮੈਂਬਰ ਪੀਏਸੀ ਸ਼੍ਰੋਮਣੀ ਅਕਾਲੀ ਦਲ ਹੋਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਧਰ 2022 ਦੀਆਂ ਚੋਣਾਂ ਦਾ ਮੈਨੀਫੈਸਟੋ ਤਿਆਰ ਕਰਨ ਦੇ ਲਈ ਕਾਂਗਰਸ ਨੇ ਲੋਕਾਂ ਤੋਂ ਸੁਝਾਅ ਮੰਗੇ ਨੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਮੁਹਿੰਮ ਲਾਂਚ ਕੀਤੀ ਹੈ ਆਵਾਜ਼ ਪੰਜਾਬ ਦੀ ਵੈਬਸਾਈਟ ਅਤੇ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ ਲੋਕਾਂ ਤੋਂ ਸੁਝਾਅ ਮੰਗੇ ਨੇ ਕਿ ਤੁਸੀਂ ਇਹ ਸੁਝਾਅ ਸਾਨੂੰ ਦਿਓ ਤੇ ਅਸੀਂ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਸ਼ਾਮਲ ਵੀ ਕਰਾਂਗੇ ਚੰਡੀਗੜ੍ਹ ਦੇ ਵਿੱਚ ਪ੍ਰਤਾਪ ਬਾਜਵਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਸਾਡੇ ਕਿਸਾਨ ਨੇ ਦੂਸਰੇ ਪਾਸੇ ਸਾਡੇ ਆਰਮੀ ਵੀਰ ਬਾਰਡਰ ਤੇ ਤਾਇਨਾਤ ਨੇ ਤੇ ਉਹਨਾਂ ਦੇ ਲਈ ਅਸੀਂ ਜਿਹੜੀਆਂ ਹੀ ਨੀਤੀਆਂ ਲੈ ਕੇ ਆਵਾਂਗੇ ਸਿੱਖਿਆ ਤੇ ਹੈਲਥ ਸਿਸਟਮ ਤੇ ਵੀ ਧਿਆਨ ਦੇਣ ਦੀ ਲੋੜ ਹੈ ਕਰੋਨਾ ਕਾਲ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਹੈ ਕਹਿੰਦੇ ਅਸੀਂ ਲੋਕਾਂ ਦੇ ਵਿੱਚ ਵੀ ਜਾਵਾਂਗੇ ਉਹਨਾਂ ਦੀ رائے ਲਵਾਂਗੇ ਹਾਲਾਂਕਿ ਦਿਨ ਬਹੁਤ ਘੱਟ ਨੇ ਪਰ ਫਿਰ ਵੀ 15 ਦਿਨਾਂ ਦੇ ਅੰਦਰ ਅਸੀਂ ਮੈਨੀਫੈਸਟੋ ਦਾ ਖਰੜਾ ਤਿਆਰ ਕਰਾਂਗੇ ਸਿੱਖਿਆ ਕਿਸਾਨੀ ਖੇਡਾਂ ਆਮ ਲੋਕਾਂ ਦੀ ਆਮਦਨ ਵਧਾਉਣ ਤੇ ਐਨਆਰਆਈਜ਼ ਦੇ ਮੁੱਦੇ ਬਹੁਤ ਅਹਿਮ ਨੇ ਜਦੋਂ ਬਾਜਵਾ ਨੂੰ ਪੁੱਛਿਆ ਗਿਆ ਕਿ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਹਨ ਜਾਂ ਨਹੀਂ ਤਾਂ ਬਾਜਵਾ ਨੇ ਕਿਹਾ ਕਿ ਮੈਂ ਕਿਸੇ ਦੌੜ ਵਿੱਚ ਨਹੀਂ ਆ ਮੇਰੀ ਦੌੜ ਦਿੱਲੀ ਤੋਂ ਪੰਜਾਬ ਤੱਕ ਹੈ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਹ ਪਾਰਟੀ ਹਾਈ ਕਮਾਂ ਤੇ ਕਰੇਗੀ ਉਧਰਾ ਮਾਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ ਹੈ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਚੋਣ ਕਮੇਟੀ ਦਾ ਚੇਅਰਮੈਨ ਬਣ ਤੇ ਵਧਾਈ ਵੀ ਦਿੱਤੀ ਹੈ ਨਾਲ ਹੀ ਵਿਅੰਗ ਕਸਤਿਆ ਕਿਹਾ ਹੈ ਕਿ ਪੰਜਾਬ ਚ ਮਾਫੀਆ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ ਰਹੇਗਾ ਇਸ ਦਾਅਵੇ ਦਾ ਇਸ ਬਿਆਨ ਦਾ ਹੁਣ ਕੀ ਬਣੂਗਾ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਆਪਣੀ ਚੋਣ ਕਮੇਟੀ ਬਾਰੇ ਹੀ ਫੈਸਲਾ ਕਰ ਲੈਣ ਕਿ ਕਮੇਟੀ ਵਿੱਚ ਸ਼ਾਮਲ ਦਾਗੀ ਤੇ ਮਾfia ਸਰਪ੍ਰਸਤ ਰਹੇ ਕਾਂਗਰਸੀਆਂ ਦੇ ਨਾਲ ਉਹ ਬੈਠਣਗੇ ਜਾਂ ਫਿਰ ਨਹੀਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚੰਨੀ ਤੇ ਗਾਂਧੀ ਪਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਪਊਗਾ ਕਿ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਸਾਧੂ ਸਿੰਘ ਧਰਮਸੋਤ ਸ਼ਾਮਸੁੰਦਰ ਅਰੋੜਾ ਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਤਰੀ ਮੰਡਲ ਚੋਂ ਕਿਉਂ ਛੇਕਿਆ ਗਿਆ ਸੀ ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਕੱਢੇ ਗਏ ਸਾਬਕਾ ਕਾਂਗਰਸੀ ਮੰਤਰੀ ਹੁਣ ਅਜੇ ਹੀ ਕਿਹੜੀ ਗੰਗਾ ਨਾਲ ਆਏ ਨੇ ਕਿ ਇਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਪਰਦੇਸ ਚੋਣ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਹਰਪਾਲ ਚੀਮਾ ਨੇ ਕਿਹਾ ਕਿ ਜਿਵੇਂ ਸੀਐਮ ਚੰਨੀ ਖੋਖਲੇ ਐਲਾਨਾ ਕਰਨ ਪੰਜਾਬ ਚ ਮਜ਼ਾਕ ਦੇ ਪਾਤਰ ਬਣ ਚੁੱਕੇ ਨੇ ਉਸੇ ਤਰ੍ਹਾਂ ਸਿੱਧੂ ਆਪਣੀ ਹੀ ਸਰਕਾਰ ਨੂੰ ਗਿੱਦੜ ਧਮਕੀਆਂ ਦੇ ਕੇ ਆਪਣਾ ਅਕਸ ਗਵਾ ਚੁੱਕੇ ਨੇ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਾਫੀ ਸਰਗਰਮ ਹੋਣ ਦੀ ਕੋਸ਼ਿਸ਼ ਦੇ ਵਿੱਚ ਨੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਨਵੀਂ ਬਣਾਈ ਗਈ ਪਾਰਟੀ ਹੈ ਉਸ ਦੇ ਵਿੱਚ ਲੋਕ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਨੇ ਲੀਡਰ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਨੇ ਸ਼੍ਰਮਣੀ ਕਾਲੀ ਦਲ ਦੇ ਸਾਬਕਾ ਵਿਧਾਇਕ ਫਰਜ਼ਾਨਾ ਆलम ਅਤੇ ਪੰਜਾਬ ਸਰਕਾਰ ਦੇ 슈ਗਰ ਫੈਡ ਦੇ ਮੌਜੂਦਾ ਚੇਅਰਮੈਨ ਤੇ ਦੋਵਾਂ ਵਰੀ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਅਮਰੀਕ ਸਿੰਘ ਢਾਲੀਵਾਲ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਕੈਪਟਨ ਨੇ ਦੋਵਾਂ ਨੂੰ ਜੀ ਆਇਆਂ ਕਿਹਾ ਹੈ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਫਾਜ਼ਿਲਕਾ ਤੋਂ ਪੰਜਾਬ ਲੋਕ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਈ ਹੈ ਕੈਪਟਨ ਨੇ ਸਭ ਦਾ ਸਵਾਗਤ ਕੀਤਾ ਹੈ ਇਸ ਮੌਕੇ ਕੈਪਟਨ ਮੋਰਿੰਦਰ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਬਲੀਅਤ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੀ ਸੰਖੇਠਾਂ ਦਬਾਇਆ ਜਾ ਰਿਹਾ ਹੈ ਜਾਪਦਾ ਹੈ ਕਿ ਉਹ ਸਿਰਫ ਰਾਤ ਦੇ ਚੌਂਕੀਦਾਰ ਹੀ ਬਣ ਕੇ ਰਹਿ ਜਾਣਗੇ ਯਾਨੀ ਕਿ ਸਿਰਫ ਵਾਚਮੈਨ ਹੀ ਬਣ ਕੇ ਰਹਿ ਜਾਣਗੇ ਉਹਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਥਾਪ ਕੇ ਮੁੱਖ ਮੰਤਰੀ ਨੂੰ ਉਹਨਾਂ ਦੇ ਹੇਠਾਂ ਲਾ ਦਿੱਤਾ ਗਿਆ ਜੋ ਕਿ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ ਚੰਨੀ ਨੂੰ ਅਜਹੀ ਬੇਇੱਜ਼ਤੀ ਤੇ અપਮਾਨ ਦਾ ਸਾਹਮਣਾ ਕਰਨ ਦੀ ਥਾਂ ਅਸਤੀਫਾ ਹੀ ਦੇ ਦੇਣਾ ਚਾਹੀਦਾ ਹੈ ਕੈਪਟਨ ਸਾਹਿਬ ਸਲਾਹ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਸਿੱਧੂ ਦੀ ਬਲੈਕਮੇਲਿੰਗ ਦੇ ਮੂਰੇ ਝੁੱਕ ਕੇ ਮੁੱਖ ਮੰਤਰੀ ਦੀ ਕਾਂਗਰਸ ਪਾਰਟੀ ਬੇਇੱਜ਼ਤੀ ਕਰ ਰਹੀ ਹੈ ਕਹਿੰਦੇ ਜਿਸ ਤਰ੍ਹਾਂ ਕਾਂਗਰਸ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੇ ਇੱਕ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਬਣਾਇਆ ਪਰ ਹੁਣ ਉਸ ਨੂੰ ਕਾਂਗਰਸ ਕਮੇਟੀ ਦੇ ਅਧੀਨ ਕਰ ਦਿੱਤਾ ਕਿ ਇਹ ਦਲਿਤ ਭਾਈਚਾਰੇ ਦੀਆਂ ਵੋਟਾਂ ਲੈਣ ਵਾਸਤੇ ਸਿਰਫ ਦਿਖਾਵਾ ਨਹੀਂ ਹੈ ਤੋ ਇਸ ਤਰ੍ਹਾਂ ਕੈਪਟਨ ਨੇ ਆਪਣੀ ਜਿਹੜੀ ਸਾਬਕਾ ਪਾਰਟੀ ਹੈ ਉਸ ਨੂੰ ਘੇਰਿਆ ਹੈ ਤੇ ਕੈਪਟਨ ਦੇ ਇਹਨਾਂ ਬਿਆਨਾਂ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਬਿਆਨ ਦਿੱਤੇ ਨੇ ਕਹਿੰਦੇ ਚੰਨੀ ਨੇ ਕੁਝ ਸਮੇਂ ਦੇ ਵਿੱਚ ਉਹ ਕਰ ਦਿਖਾਇਆ ਜੋ ਕੈਪਟਨ ਨੇ 4.5 ਸਾਲ ਚ ਨਹੀਂ ਕੀਤਾ ਤੇ ਕੈਪਟਨ ਵੱਲੋਂ ਚੰਨੀ ਨੂੰ ਨਾਈਟ ਵਾਚਮੈਨ ਕਹਿਣ ਤੇ ਵੀ ਬਾਜਵਾ ਨੇ ਝਟਕੀ ਲਈ ਕਹਿੰਦੇ ਜਿੱਥੇ ਨਾਈਟ ਵਾਚਮੈਨ ਦਾ ਮਤਲਬ ਹੈ ਅਗਲੇ ਦਿਨ ਉਹੀ ਮੁੰਡਾ ਪਾਰੀ ਸ਼ੁਰੂ ਕਰਦਾ ਇਸ ਦਾ ਮਤਲਬ ਕੈਪਟਨ ਸਾਹਿਬ ਮੰਨ ਗਏ ਨੇ ਕਿ ਚੰਨੀ ਆਪਣੀ ਅਗਲੀ ਪਾਰੀ ਵੀ ਸ਼ੁਰੂ ਕਰਨਗੇ ਤੇ ਉੱਤਰ ਭਾਜਪਾ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦਾਵਾ ਕੀਤਾ ਹੈ ਕਿ ਉਹ ਜੀਪੀ ਨੂੰ ਪੰਜਾਬ ਚ ਸਿੱਖ ਚਿਹਰੇ ਨੂੰ ਹੀ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਦੇ ਲਈ ਕਹਿਣਗੇ ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੌਕੇ ਬੀਜੇਪੀ ਦੇ ਲਈ ਮੈਂ ਪੰਜਾਬ ਦੇ ਵਿੱਚ ਪ੍ਰਚਾਰ ਕਰਾਂਗਾ ਤੇ ਕਦੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ ਨਹੀਂ ਲੜਾਂਗਾ ਸਿਰਸਾ ਨੇ ਵੀ ਕਿਹਾ ਕਿ ਅਕਾਲੀ ਦਲ ਨੇ 2019 ਵਿੱਚ ਲੋਕ ਸਭਾ ਤੇ 2022 ਵਿੱਚ ਵੀ ਸਹੀ ਉਮੀਦਵਾਰ ਨਹੀਂ ਚੁਣੇ ਤੇ 2022 ਦੇ ਵਿੱਚ ਅਕਾਲੀ ਦਲ ਦਾ ਹਾਲ 2017 ਵਰਗਾ ਹੀ ਹੋਊਗਾ ਉਹਨਾਂ ਕਿਹਾ ਕਿ ਅਕਾਲੀ ਦਲ ਹਾਲੇ ਤੱਕ ਨਸ਼ਿਆਂ ਤੇ ਬੇਅਦਬੀ ਦੇ ਬਾਰੇ ਆਪਣੇ ਅਕਸ ਨੂੰ ਤੋੜ ਨਹੀਂ ਸਕਿਆ ਸੁਬੀਰ ਬਾਦਲ ਦੇ ਆਲੇ ਦੁਆਲੇ ਦੇ ਲੋਕ ਹੀ ਉਸ ਨੂੰ ਖਰਾਬ ਕਰ ਰਹੇ ਨੇ ਆਕਾਲੀ ਦਲ ਪੰਜਾਬ ਦੀ ਸੱਤਾ ਹਥੇਉਣ ਤੱਕ ਹੀ ਸੀਮਤ ਰਹਿ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਪ੍ਰਵਾਸੀ ਭਾਰਤੀ ਮਾਮਲਿਆਂ ਵਿਭਾਗ ਬਾਰੇ ਭਵਿੱਖੀ ਦਸਤਾਵੇਜ਼ ਜਾਰੀ ਕੀਤੇ ਨੇ। ਪ੍ਰਗਟ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਸੁਰੱਖਿਆ ਖਾਸ ਕਰਕੇ ਜਾਇਦਾਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਸੂਬਾ ਸਰਕਾਰ ਦੇ ਵੱਲੋਂ ਸਮਰਥਨ ਪ੍ਰਦਾਨ ਕਰਕੇ ਸੂਬੇ ਵਿੱਚ ਰਹਿੰਦੇ ਹੋਏ ਘਰ ਵਾਂਗੂ ਹੀ ਮਹਿਸੂਸ ਕਰਵਾਉਣਾ ਸਾਡਾ ਫਰਜ਼ ਬਣਦਾ ਹੈ। ਇਸ ਲਈ ਵਿੱਤੀ ਤੇ ਵਪਾਰਿਕ ਗਤੀਵਿਧੀਆਂ ਦੇ ਨਾਲ ਵੱਖਰੇ ਵਿੰਗ ਦੀ ਸਥਾਪਨਾ ਕਰਾਂਗੇ ਐਨ ਆਰ ਆਈ ਪੰਜਾਬੀਆਂ ਦੇ ਲਈ ਜਿਹਦੇ ਵਿੱਚ NRI ਪੰਜਾਬੀਆਂ ਦੇ ਸਾਰੇ ਵਪਾਰਕ ਤੇ ਵਿੱਤ ਸਬੰਧੀ ਮੁੰਦਿਆਂ ਮੁੱਦਿਆਂ ਨੂੰ ਸਿੰਗਲ ਵਿੰਡੋ ਦੇ ਰਾਹੀਂ ਹੱਲ ਕੀਤਾ ਜਾਵੇਗਾ। ਪ੍ਰਗਟ ਸਿੰਘ ਨੇ ਇਹ ਵੀ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਪੰਜਾਬ ਦੇ ਇਤਿਹਾਸ, ਵਿਰਸੇ, ਪੰਜਾਬੀ ਭਾਸ਼ਾ ਦੇ ਨਾਲ ਜੋੜਨ ਦੇ ਲਈ ਕੋਈ ਉਪਰਾਲਾ ਕਰਨ ਦੇ ਲਈ ਹਮੇਸ਼ਾ ਆਸ ਕੀਤੀ ਜਾਂਦੀ ਹੈ ਤੇ ਇਸ ਕਰਕੇ ਅਸੀਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਥੋੜੇ ਸਮੇਂ ਦੇ ਕੋਰਸ ਕਰਵਾਉਣ ਦੀ ਉਹਨਾਂ ਦੀ ਮੰਗ ਨੂੰ ਪੂਰਾ ਕਰਦੇ ਹਾਂ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਸਮਰ ਸਕੂਲ ਕੋਰਸ ਹੈ ਜਿਹੜੇ ਉਹ ਸ਼ੁਰੂ ਕਰਾਂਗੇ ਸੂਬੇ ਦੇ ਨਾਲ ਜੋੜਨ ਅਤੇ ਸਰਸਪਾਟੇ ਨੂੰ ਹੁਲਾਰਾ ਦੇਣ ਦੇ ਲਈ ਹੋਮ ਸਟੇ ਦੀ ਸਹੂਲਤ ਵੀ ਸ਼ੁਰੂ ਕਰਾਂਗੇ ਹੋਰ ਵੀ ਕਈ ਅਹਿਮ ਐਲਾਨ ਪ੍ਰਗਟ ਸਿੰਘ ਨੇ ਕੀਤੇ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਬੁੱਧਵਾਰ ਨੂੰ ਜਲੰਧਰ ਵਿੱਚ ਆਪਣੀ ਪਾਰਟੀ ਦੀ ਤਿਰੰਗਾ ਯਾਤਰਾ ਦੇ ਵਿੱਚ ਹਿੱਸਾ ਲੈਣਗੇ ਕੇਜੀਵਾਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਤਿਰੰਗਾ ਯਾਤਰਾ ਦੇਸ਼ ਭਗਤੀ ਦੇ ਮਾਹੌਲ ਦੇ ਵਿੱਚ ਕੱਢੀ ਜਾਏਗੀ ਉਹਨਾਂ ਨੇ ਜਲੰਧਰ ਵਾਲਿਆਂ ਨੂੰ ਇਸ ਯਾਤਰਾ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਮਹਿੰਗਾਈ ਦੀ ਗੱਲ ਕਰ ਲਈਏ ਤਾਂ ਦੇਸ਼ ਵਿੱਚ ਨਵੰਬਰ ਮਹੀਨੇ ਦੇ ਵਿੱਚ ਥੋਕ ਮੁੱਲ ਆਧਾਰਿਤ ਮਹਿੰਗਾਈ ਦੀ ਦਰ ਵਾਧ ਕੇ 14.23% ਤੇ ਪਹੁੰਚ ਗਈ ਹੈ ਅਕਤੂਬਰ ਦੇ ਵਿੱਚ 12.54% ਹੁੰਦੀ ਸੀ ਥੋਕ ਮਹਿੰਗਾਈ ਦਾ ਅੰਕੜਾ 12 ਸਾਲਾਂ ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਹੈ ਮਹਾਰਾਸ਼ਟਰ ਤੋਂ ਇੱਕ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ ਨਾਗਪੁਰ ਦੇ ਵਿੱਚ 19 ਸਾਲ ਦੀ ਇੱਕ ਮੁਟਿਆਰ ਨੇ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਪੁਲਿਸ ਦੇ ਕੋਲ ਸਮੂਹਿਕ ਬਲਾਤਕਾਰ ਦੀ ਝੂਠੀ ਸ਼ਿਕਾਇਤ ਹੀ ਦਰਜ ਕਰਵਾ ਦਿੱਤੀ ਜਿਸ ਕਾਰਨ ਨਾਗਪੁਰ ਪੁਲਿਸ ਨੂੰ ਭਾਜੜਾਂ ਪੰਨਿਆ ਰਹੀਆਂ ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਤੇ ਹੋਰ ਸੀਨੀਅਰ ਕਾਰੀਆਂ ਸਮੇਤ 1000 ਤੋਂ ਵੀ ਵੱਧ ਸੁਰੱਖਿਆ ਕਰਮੀਆਂ ਨੇ ਇਸ ਮਾਮਲੇ ਦੀ ਜਾਂਚ ਕੀਤੀ 40 ਟੀਮਾਂ ਬਣਾਈਆਂ ਗਈਆਂ 250 ਸੀਸੀਟੀਵੀ ਕੈਮਰੇ ਦੇਖੇ ਗਏ ਸਾਰੀ ਜਾਂਚ ਤੋਂ ਬਾਅਦ ਪੁਲਿਸ ਨੇ ਲੜਕੀ ਤੋਂ ਪੁੱਛ ਪੜਤਾਲ ਕੀਤੀ ਤਾਂ ਨਤੀਜਾ ਨਿਕਲਿਆ ਕਿ ਮੁਟਿਆਰ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੇ ਲਈ ਝੂਠੀ ਕਹਾਣੀ ਘੜੀ ਸੀ ਜਿਹੜੇ ਲੋਕ Netflix ਦੇਖਦੇ ਨੇ ਆਪਣੇ ਫੋਨ ਦੇ ਉੱਤੇ Netflix ਦੀ ਵਰਤੋਂ ਕਰਦੇ ਨੇ ਉਹਨਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਹੈ ਕਿ ਵੀਡੀਓ ਸਟ੍ਰੀਮਿੰਗ ਪਲੇਟਫਾਰਮ Netflix ਨੇ ਭਾਰਤ ਦੇ ਵਿੱਚ ਆਪਣੇ ਸਬਸਕ੍ਰਿਪਸ਼ਨ ਪਲਾਨ ਦੀਆਂ ਦਰਾਂ ਘਟਾ ਦਿੱਤੀਆਂ ਨੇ ਯਾਨੀ ਗ੍ਰੇਟ ਘਟਾ ਦਿੱਤੇ ਨੇ ਤੇ ਨਵੀਆਂ ਕੀਮਤਾਂ ਨੇ ਜਿਹੜੀਆਂ ਉਹ 60% ਦੀ ਘਟਾਈਆਂ ਗਈਆਂ ਨੇ ਜਿਹੜੇ ਪਲਾਨ ਦੇ ਤੁਸੀਂ 199 ਰੁਪਏ ਦਿੰਦੇ ਸੀ ਉਹ ਹੁਣ ਤੁਹਾਨੂੰ 149 ਰੁਪਏ ਦੇਣੇ ਪੈਣਗੇ 499 ਵਾਲੇ ਪਲਾਨ ਦੇ 199 ਰੁਪਏ ਦੇਣੇ ਪੈਣਗੇ 649 ਵਾਲੇ ਪਲਾਨ ਦੇ 499 ਰੁਪਏ ਇਸੇ ਤਰ੍ਹਾਂ 799 ਰੁਪਏ ਵਾਲੇ ਪਲਾਨ ਦੇ ਤੁਹਾਨੂੰ ਸਿਰਫ 649 ਰੁਪਏ ਦੇਣੇ ਪੈਣਗੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਬਸਤੇ ਹੋਏ ਅਤਵਾਦੀ ਹਮਲੇ ਦੇ ਵਿੱਚ ਕਾਂਸਟੇਬਲ ਜ਼ਖਮਾਂ ਦੀ ਤਾਬਨਾ ਚੱਲਦੇ ਹੋਏ ਦਮ ਤੋੜ ਗਿਆ ਹੈ ਤੇ ਹੁਣ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ ਤੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਆਰਮਡ ਪੁਲਿਸ ਦੀ 9ਵੀਂ ਬਟਾਲੀਅਨ ਦੇ ਕਾਂਸਟੇਬਲ ਰਮੀਜ਼ احمد ਨੇ ਫੌਜ ਦੇ 92 ਬੇਸ ਹਸਪਤਾਲ ਦੇ ਵਿੱਚ ਦਮ ਤੋੜਿਆ ਹੈ ਇਸ ਹਮਲੇ ਦੇ ਵਿੱਚ 12 ਮੁਲਾਜ਼ਮ ਨੇ ਜਿਹੜੇ ਉਹ ਜ਼ਖਮੀ ਵੀ ਹੋ ਗਏ ਨੇ ਜੰਮੂ ਕਸ਼ਮੀਰ ਦੇ ਪੁਨਛ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ ਦੇ ਨਾਲ ਹੋਏ ਮੁਕਾਬਲੇ ਦੇ ਵਿੱਚ ਇੱਕ دہشتਗਰ ਦੇ ਮਾਰੇ ਜਾਣ ਦੀ ਵੀ ਖਬਰ ਮਿਲੀ ਹੈ ਸੁਰਨਕੋਟ ਇਲਾਕੇ ਦੇ ਵਿੱਚ دہشتਗਰਦਾਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤਲਾਸ਼ੀ ਮਹਿੰਮ ਚਲਾਈ ਤੇ ਜਦੋਂ ਦੋਵੇਂ ਪਾਸਿਓਂ ਗੋਲੀਬਾਰੀ ਹੋਈ ਮੁਕਾਬਲਾ ਬਣ ਗਿਆ ਤਾਂ ਫਿਰ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਦੇ ਵਿੱਚ ਇੱਕ دہشت ਗਰਦ ਮਾਰਿਆ ਗਿਆ। ਦਿੱਲੀ ਵਿੱਚ ਓਮਿਕਰੋਨ ਦੇ ਚਾਰ ਹੋਰ ਨਵੇਂ ਕੇਸ ਆਏ ਨੇ। ਪਹਿਲੇ ਮਰੀਜ਼ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। 37 ਸਾਲ ਉਮਰ ਸੀ ਲੋਕ ਨਾਇਕ ਜੈ ਪ੍ਰਕਾਸ਼ ਨਰਾਇਦ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜਿਹੜਾ ਕਿ ਕਤਰ 에ਅਰਵੇਜ਼ ਦੇ ਰਾਹੀਂ ਤੰਜ਼ਾਨੀਆ ਤੋਂ ਦੋਹਾ ਤੇ ਫਿਰ ਉੱਥੋਂ ਦਿੱਲੀ ਆਇਆ ਸੀ। ਕਾਂਗਰਸ ਲੀਡਰ ਰਾਹੁਲ ਗਾਂਧੀ ਅਤੇ ਵਿਰੋਧੀ ਦੇ ਸੰਸਦ ਮੈਂਬਰਾਂ ਨੇ 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੌਤਲੇ ਦੇ ਖਿਲਾਫ ਸੰਸਦ ਕੰਪਲੈਕਸ ਦੇ ਵਿੱਚ ਗਾਂਧੀ ਬੋਤ ਦੇ ਨੇੜੇ ਪ੍ਰਦਰਸ਼ਨ ਕੀਤਾ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਸੰਸਦ ਮੈਂਬਰਾਂ ਨੂੰ ਮੌਤਲ ਕੀਤੇਆਂ ਨੂੰ 14 ਦਿਨ ਹੋ ਗਏ ਨੇ ਤੇ ਇਹ ਲੋਕਤੰਤਰ ਚਲਾਉਣ ਦਾ ਤਰੀਕਾ ਨਹੀਂ ਹੈ ਪ੍ਰਧਾਨ ਮੰਤਰੀ ਸਦਨ ਦੇ ਵਿੱਚ ਆਉਂਦੇ ਹੀ ਨਹੀਂ ਇਹ ਵੀ ਲੋਕਤੰਤਰ ਚਲਾਉਣ ਦਾ ਕੋਈ ਤਰੀਕਾ ਨਹੀਂ ਹੈ ਲਖੀਮਪੁਰ ਖੀਰੀ ਮਾਮਲੇ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਇੱਕ ਮੰਤਰੀ ਨੇ ਕਿਸਾਨਾਂ ਨੂੰ ਕਤਲ ਕੀਤਾ ਹੈ ਪ੍ਰਧਾਨ ਮੰਤਰੀ ਜਾਣਦੇ ਨੇ ਕਿ ਮੰਤਰੀ ਮੰਡਲ ਉਹਨਾਂ ਦੇ ਹੱਥ ਵਿੱਚ ਹੈ ਹਰ ਕੋਈ ਸੱਚ ਜਾਣਦਾ ਹੈ ਤੇ ਫੇਰ ਵੀ ਪ੍ਰਧਾਨ ਮੰਤਰੀ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਇਹ ਲੋਕਤੰਤਰ ਦਾ ਕਤਲ ਹੈ ਤੇਸ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਵਿਰੋਧੀ ਲੀਡਰਾਂ ਨੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੌਤ ਲਈ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਭਵਨ ਤੋਂ ਵਿਜੇ ਚੌਂਕ ਤੱਕ ਮਾਰਚ ਵੀ ਕੱਢਿਆ। ਕੈਨੇਡਾ ਤੋਂ ਖਬਰ ਹੈ ਜਿੱਥੇ ਕੈਨੇਡੀਅਨ ਸਿਆਸੀ ਅਤੇ ਫੌਜੀ ਲੀਡਰਾਂ ਨੇ ਫੌਜੀ ਏਜੰਸੀ ਸੋਸ਼ਨ ਦੇ ਪੀੜਤਾਂ ਤੋਂ ਮਾਫੀ ਮੰਗੀ ਹੈ। ਨੈਸ਼ਨਲ ਡਿਫੈਂਸ ਹੈੱਡਕੁਆਰਟਰ ਤੋਂ ਆਨਲਾਈਨ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਦੇ ਵਿੱਚ ਫੈਡਰਲ ਸਰਕਾਰ ਨੇ ਹਥਿਆਰਬੰਦ ਬਲਾਂ ਦੇ ਹਜ਼ਾਰਾਂ ਮੌਜੂਦਾ ਤੇ ਸਾਬਕਾ ਮੈਂਬਰਾਂ ਨੂੰ 46 ਕਰੋੜ 80 ਲੱਖ ਡਾਲਰ ਫੰਡ ਦੇਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਸੇਵਾ ਦੌਰਾਨ ਅਜਿਹੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੀ ਸਰਕਾਰ ਅਤੇ ਫੌਜੀ ਲੀਡਰਸ਼ਿਪ ਨੂੰ ਏਜੰਸੀ ਦੁਰਵਿਵਹਾਰ ਦੇ ਦੋਸ਼ਾਂ ਨਾਲ ਨਜਿੱਠਣ ਦੇ ਵਿੱਚ ਅਸਫਲ ਰਹਿਣ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਰੱਖਿਆ ਮੰਤਰੀ ਅਨੀਤਾ ਆਨੰਦ ਦੀ ਅਗਵਾਈ ਦੇ ਵਿੱਚ 40 ਮਿੰਟ ਦੇ ਪ੍ਰੋਗਰਾਮ ਦੇ ਵਿੱਚ ਮਾਫੀ ਮੰਗੀ ਗਈ ਹੈ ਕਿਉਂਕਿ ਹੁਣ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਬਣ ਗਈ ਹੈ ਪਹਿਲਾਂ ਸੱਜਣ ਸਿੰਘ ਕੈਨੇਡਾ ਦੇ ਰੱਖਿਆ ਮੰਤਰੀ ਰਹੇ ਹਨ ਇਸ ਸਮਾਗਮ ਨੂੰ ਇੱਕ ਵਾਰ ਦੇ ਵਿੱਚ 8000 ਲੋਕਾਂ ਨੇ ਦੇਖਿਆ ਇਸ ਮੌਕੇ ਰੱਖਿਆ ਮੰਤਰੀ ਨੀਤਾ ਆਨੰਦ ਨੇ ਕਿਹਾ ਕਿ ਮੈਂ ਉਹਨਾਂ ਹਜ਼ਾਰਾਂ ਕੈਨੇਡੀਅਨਸ ਤੋਂ ਮਾਫੀ ਮੰਗਦੀ ਹਾਂ ਜਿਨ੍ਹਾਂ ਨੂੰ ਇਸ ਕਰਕੇ ਨੁਕਸਾਨ ਪਹੁੰਚਿਆ ਕਿਉਂਕਿ ਤੁਹਾਡੀ ਆਪਣੀ ਸਰਕਾਰ ਆਪਣੇ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕੀ ਨਾ ਹੀ ਅਸੀਂ ਨਿਆਂ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੇ ਲਈ ਸਹੀ ਇੰਤਜ਼ਾਮ ਕਰ ਸਕੇ ਯਾਨੀ ਕਿ ਫੌਜ ਦੇ ਵਿੱਚ ਜਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਤੋਂ ਮਾਫੀ ਮੰਗੀ ਗਈ ਹੈ ਤੇ ਉਹਨਾਂ ਨੂੰ ਰਾਹਤ ਦੇਣ ਦਾ ਐਲਾਨ ਵੀ ਕੀਤਾ ਗਿਆ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ